ਰਿਸ਼ਤੇ ਬਦਲ ਰਹੇ ਹਨ ਪਹਿਲਾਂ ਤਾਂ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਇਹਦੇ ਪ੍ਰਤੀ ਵਿਰੋਧ ਕਰਨ ਦੀ ਲੋੜ ਨਹੀਂ ਹੈਗੀ ਰਿਸ਼ਤੇ ਬਦਲਨੇ ਆ ਜੇਕਰ ਤੁਹਾਡੀ ਮੇਰੇ ਨਾਲ ਨਹੀਂ ਬਣੀ ਮੇਰੀ ਤੁਹਾਡੇ ਨਾਲ ਨਹੀਂ ਬਣੀ ਡਾਈਵੋਰਸ ਜਿਹੜਾ ਹੈਗਾ ਉਹਦਾ ਬੜਾ ਸੌਖਾ ਟੰਗ ਹੈਗਾ ਕਿ ਰਿਸ਼ਤੇ ਜਿਹੜੇ ਹਨ ਉਹ ਜ਼ਿੰਦਗੀ ਦੇ ਹਰ ਪੜਾ ਤੇ ਕਾਰਜਸ਼ੀਲ ਹਨ ਔਰਤ ਨੂੰ ਇਹ ਕਹਿਣ ਦੀ ਦਲੇਰੀ ਪਿਛਲੇ 30 40 50 ਸਾਲਾਂ ਦੇ ਵਿੱਚ ਹੀ ਮਿਲੀ ਹੈਗੀ ਹੈ ਉਸ ਤੋਂ ਪਹਿਲਾਂ ਉਹ ਇਹ ਗੱਲ ਨਹੀਂ ਸਿੱਖੀ ਹੁੰਦੀ ਤਿੰਨ ਯੁੱਗ ਹੋਏ ਹਨ ਇੱਕ ਸ਼ਿਕਾਰਯੋਗ ਖੇਤੀਬਾੜੀ ਵਾਲਾ ਯੁੱਗ ਉਦਯੋਗਿਕ ਯੁੱਗ ਹੁਣ ਅਸੀਂ ਉਸ ਤੋਂ ਅਗਲੇ ਯੁੱਗ ਦੇ ਵਿੱਚ ਹੈਗੇ ਹਾਂ ਜਿਸ ਨੂੰ ਟੈਕਨੋਲੋਜੀ ਦਾ ਯੁੱਗ ਕਹਿੰਦੇ ਹੈਗੇ ਹਾਂ ਰਿਸਕ ਇਹ ਲੈ ਆਂ ਦਨਵੇ ਸੋਚਣਾ ਚਾਹੀਦਾ ਸੀ ਕਿ ਜੇਕਰ ਉਹ ਆਈਏਐਸ ਬਣ ਜਾਏਗੀ ਕਿ ਤੂੰ ਆਈਏਐਸ ਪਤਨੀ ਦਾ ਪਤੀ ਬਣ ਸਕਦਾ ਹੈ ਰਹਿ ਸਕਦਾ ਹੈ ਕਿ ਉਹ ਤੁਹਾਨੂੰ ਪ੍ਰਮਾਨ ਕਰੇਗੀ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਆ ਨਾ ਕਿ ਤੁਹਾਡੀ ਆਪਣੀ ਸੋਚ ਹੋਣੀ ਚਾਹੀਦੀ ਹੈ ਤੇ ਸੋਚਦੇ ਹੋ ਬਾਅਦ ਅਸੀਂ ਇਹ ਐਕਸਪੈਕਟ ਕਰਦੇ ਆ ਕਿ ਇਹ ਮੇਰੀ ਹਰੇਕ ਗੱਲ ਨੂੰ ਮੰਨੇ ਇਹ ਮੇਰੀ ਹਰੇਕ ਗੱਲ ਨਾਲ ਸਹਿਮਤ ਹੋਵੇ ਇਹ ਨਹੀਂ ਹੋ ਜਾ ਹੁਣ ਹਰ ਇੱਕ ਲੜਕੀ ਜਿਹੜੀ ਹੈ ਨਾ ਉਹਦੇ ਦੋ ਡਰੈਸ ਹੈ ਇੱਕ ਉਹ ਡਰੈਸ ਹੈ ਜਿਹੜੀ ਘਰ ਦੇ ਵਿੱਚ ਪਾਉਂਦੀ ਹੈ ਇੱਕ ਉਹ ਡਰੈਸ ਹੈ ਜਿਹੜੀ ਬਾਹਰ ਪਾਉਣਾ ਚਾਹੁੰਦੀ ਹੈ ਜਿਸ ਘਰ ਦੇ ਵਿੱਚ ਪਰਿਵਾਰ ਨੂੰ ਨੂੰ ਆਪਣੀ ਧੀ ਸਮਝਦਾ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਉਸ ਪਰਿਵਾਰ ਨੇ ਖੁਸ਼ਹਾਲ ਹੀ ਲੈਂਦੀ ਹੈ ਅਧਿਆਪਕ ਤਾਂ ਉਹਨਾਂ ਨੂੰ ਸਿਲੇਬਸ ਪੜਾਉਂਦੇ ਆ ਜ਼ਿੰਦਗੀ ਦਾ ਸਿਲੇਬਸ ਜਿਹੜਾ ਨਾ ਉਹ ਹੋਰਾਂ ਤੋਂ ਸਿੱਖਦੇ ਹਨ ਆਪਣੇ ਕਲੀਕਸ ਤੋਂ ਸਿੱਖਦੇ ਹਨ ਇੱਕ ਹੀ ਪੁੱਤਰ ਹੈ ਉਸ ਪੁੱਤਰ ਵਿੱਚੋਂ ਮਾਂ ਬਾਪ ਨੂੰ ਫੌਜ ਦਾ ਅਫਸਰ ਵੀ ਦਿਖਾਈ ਦਿੰਦਾ ਹੈ ਡਾਕਟਰ ਵੀ ਦਿਖਾਈ ਦਿੰਦਾ ਹੈ ਇੰਜੀਨੀਅਰ ਵੀ ਦਿਖਾਈ ਦਿੰਦਾ ਹੈ ਅਗਿਆਕਾਰ ਪੁੱਤਰ ਵੀ ਦਿਖਾਈ ਦਿੰਦਾ ਹੈ ਉਹਦੇ ਵਿੱਚੋਂ ਸਭ ਕੁਝ ਦਿਖਾਈ ਦਿੰਦਾ ਹੁਣ ਉਹ ਹੈ ਤਾਂ ਨਾਰਮਲ ਇਨਸਾਨ ਹੈਗਾ ਇਹ ਜਿਹੜਾ ਹੈ ਨਾ ਕਿ ਵਿਆਹ ਤੋਂ ਬਾਅਦ ਬੱਚਿਆਂ ਨੂੰ ਵੱਖ ਕਰ ਦੇਣਾ ਚਾਹੀਦਾ ਇਹ ਠੀਕ ਪਾਲਿਸੀ ਹੈ ਪਿਓ ਤੇ ਪੁੱਤਰ ਦਾ ਹਮੇਸ਼ਾ ਟਕਰਾਰ ਰਹੇਗਾ ਇਹ ਯੂਨੀਵਰਸਲ ਹੈ ਤੇ ਕਿਸੇ ਐਕਸਪਰਟ ਨੇ ਕਿਹਾ ਕਹਿੰਦਾ ਤੁਹਾਡੀ ਸਭ ਤੋਂ ਜ਼ਿਆਦਾ ਦੇਖ ਪਾਵ ਜਿਹੜਾ ਨਾ ਇਹ ਪੁੱਤਰ ਕਰੇਗਾ ਅੱਛਾ ਜੀ ਜਦੋਂ ਤੁਹਾਨੂੰ ਲੋੜ ਪਏ ਮਾਪਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਰੰਤੂ ਇਸ ਗੱਲ ਨੂੰ ਝਗੜੇ ਦੀ ਜੜ ਬਣਾ ਲੈਣਾ ਗਲਤ ਹੈ ਮੈਂ ਪਰਸਨਲੀ ਇਸ ਗੱਲ ਦੇ ਹੱਕ 'ਚ ਹਾਂ ਕਿ ਲੜਕੀਆਂ ਜੇਕਰ ਹਾਈਲੀ ਕੁਆਲੀਫਾਈਡ ਹੋਣ ਤੇ ਜੇਕਰ ਉਹ ਜੌਬ ਕਰਨੀ ਚਾਹੁੰਦੀ ਆ ਹੋਣ ਉਹਨਾਂ ਨੂੰ ਕਰਨੀ ਚਾਹੀਦੀ ਹੈਗੀ ਔਰਤਾਂ ਹੋਣ ਭਾਵੇਂ ਪੁਰਸ਼ ਹੋਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਏਮ ਹੋਣਾ ਚਾਹੀਦਾ ਕੋਈ ਆਦਰਸ਼ ਹੋਣਾ ਚਾਹੀਦਾ ਉਦੇਸ਼ ਨਹੀਂ ਆਦਰਸ਼ ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਦੂ ਨਰਿੰਦਰ ਸਿੰਘ ਕਪੂਰ ਹੁਣਾਂ ਨਾਲ ਆਪਾਂ ਅਗਲਾ ਐਪੀਸੋਡ ਲੈ ਕੇ ਹਾਜ਼ਰ ਆਂ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਰਿਸ਼ਤੇ ਨੇ ਆਪਾਂ ਵੈਸੇ ਤਾਂ ਇੰਨਾਂ ਚੀਜ਼ਾਂ ਉੱਪਰ ਜਿੰਨੀ ਗੱਲਬਾਤ ਕਰੀਏ ਥੋੜੀ ਹੈ ਕਿਉਂਕਿ ਰਿਸ਼ਤਿਆਂ ਦਾ ਘੇਰਾ ਜਿਹੜਾ ਬਹੁਤ ਵੱਡਾ ਹੁੰਦਾ ਜਿਵੇਂ ਸਰਦਾ ਕਹਿੰਦਾ ਕਿ ਔਰਤਾਂ ਦੀ ਜ਼ਿੰਦਗੀ 'ਚ ਰਿਸ਼ਤੇ ਬਹੁਤ ਮਹੱਤਵਪੂਰਨ ਹੁੰਦੇ ਨੇ ਇੱਕ ਔਰਤ ਆ ਜਿਹੜੀ ਆਪਣੀ ਜ਼ਿੰਦਗੀ 'ਚ ਬਹੁਤ ਸਾਰੇ ਰਿਸ਼ਤੇ ਨਿਵਾਉਂਦੀ ਆ ਪਰ ਮੁੱਖ ਤੌਰ ਤੇ ਉਹ ਛੇ ਰਿਸ਼ਤਿਆਂ ਦੀ ਗੱਲ ਕਰਦੇ ਨੇ ਬਿਲਕੁਲ ਉਨੀ ਹੀ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਇੱਕ ਬੰਦੇ ਦੀ ਹੁੰਦੀ ਹੈ ਖਾਸ ਕਰਕੇ ਵਿਆਹ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਤਾਲਮੇਲ ਬਿਠਾਉਂਦਾ ਆਪਣੀ ਮਾਂ ਨਾਲ ਆਪਣੀ ਭੈਣ ਜਾਂ ਫਿਰ ਆਪਣੇ ਆਲੇ ਦੁਆਲੇ ਤੇ ਖਾਸ ਤੌਰ ਤੇ ਆਪਣੀ ਪਤਨੀ ਨਾਲ ਇਹਨਾਂ ਗੱਲਾਂ ਦੇ ਉੱਪਰ ਅੱਜ ਆਪਣੀ ਗੱਲਬਾਤ ਆਧਾਰਿਤ ਹੈ ਉਹਨਾਂ ਨੂੰ ਆਪਾਂ ਜੀ ਆਇਆਂ ਕਹਿੰਦੇ ਆ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਤੁਹਾਡਾ ਬਹੁਤ ਸਾਰੀਆਂ ਗੱਲਾਂ ਕਰਕੇ ਮੈਂ ਤੁਹਾਨੂੰ ਹਾਲਚਾਲ ਪੁੱਛ ਲੈਣੀ ਆ ਨਹੀਂ ਮੇਰਾ ਖਿਆਲ ਹੈ ਮੈਂ ਤੁਹਾਡੇ ਪੁੱਛਣ ਤੋਂ ਪਹਿਲਾਂ ਹੀ ਦੱਸ ਦੇ ਕਰਾਂ ਹਾਂਜੀ ਹਾਂਜੀ ਬਿਲਕੁਲ ਇੱਕ ਲੜਕੇ ਸੀ ਤੇ ਉਹ ਜਦੋਂ ਜਾਂਦੀ ਹੁੰਦੀ ਸੀ ਨਾ ਪੜਾਉਣ ਹਾਂਜੀ ਤੇ ਰਸਤੇ ਵਿੱਚ ਕੋਈ ਉਹਨੂੰ ਮਿਲਦਾ ਹੁੰਦਾ ਸੀ ਤੇ ਉਹਨੇ ਘੜੀ ਬਣੀ ਹੁੰਦੀ ਸੀ ਅੱਛਾ ਤੇ ਉਹ ਪੁੱਛਦਾ ਸੀ ਮੈਡਮ ਟਾਈਮ ਕੀ ਹੋ ਗਿਆ ਹਾਂਜੀ ਤੇ ਇੱਕ ਵਾਰੀ ਉਸਨੇ ਉਹਦੇ ਪੁੱਛਣ ਤੋਂ ਪਹਿਲਾਂ ਹੀ ਦੱਸ ਦਿੱਤਾ ਵੀ 9:30 ਹੋ ਗਏ ਸੋ ਕਿ ਸਵਾਲ ਜਾਣੇ ਪਛਾਣੇ ਹੁੰਦੇ ਆ ਉਹਨਾਂ ਦੇ ਜਵਾਬ ਵੀ ਜਾਣੇ ਪਛਾਣੇ ਨੇ ਕੀ ਹਾਲ ਚਾਲ ਹੈ ਠੀਕ ਹੈ ਠੀਕ ਠਾਕ ਹੈ ਹਾਂਜੀ ਤੇ ਸਰ ਜਿਵੇਂ ਤੁਸੀਂ ਆਪਾਂ ਹਮੇਸ਼ਾ ਗੱਲਬਾਤ ਵੈਸੇ ਕਰਦੇ ਰਹਿੰਦੇ ਆ ਕਿ ਤੁਹਾਨੂੰ ਬਹੁਤ ਸਾਰੇ ਫੋਨ ਕਾਲਸ ਆਉਂਦੇ ਨੇ ਹਨਾ ਖਾਸ ਕਰਕੇ ਉਹਨਾਂ ਲੋਕਾਂ ਦੇ ਜਿਹੜੇ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਰਿਸ਼ਤੇ 'ਚ ਕੋਈ ਨਾ ਕੋਈ ਪ੍ਰੋਬਲਮ ਆ ਜਿਹੜੀ ਉਹਨੂੰ ਚੱਲ ਰਹੀ ਹੁੰਦੇ ਨੇ ਹਨਾ ਤੇ ਔਰਤਾਂ ਦੇ ਬਹੁਤ ਫੋਨ ਆਉਂਦੇ ਆ ਤੁਹਾਨੂੰ ਹਨਾ ਤੇ ਅੱਜ ਆਪਾਂ ਇਸੇ ਟੌਪਿਕ ਤੇ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਕਿਸੇ ਬੰਦੇ ਲਈ ਹਨਾ ਆਪਣੇ ਆਲੇ ਦੁਆਲੇ ਨਾਲ ਰਿਸ਼ਤਾ ਬਣਾ ਕੇ ਰੱਖਣਾ ਜਾਂ ਬੜੀ ਖੂਬਸੂਰਤੀ ਨਾਲ ਸਾਰੇ ਰਿਸ਼ਤਿਆਂ ਨੂੰ ਨਿਭਾਉਣਾ ਕਿੰਨਾ ਕੁ ਜ਼ਿਆਦਾ ਔਖਾ ਹੈ ਅ ਜੇ ਸੰਸਾਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਨਾ ਹਾਂਜੀ ਇਹ ਰਿਸ਼ਤਿਆਂ ਦਾ ਸੰਸਾਰ ਹੈ ਕੋਈ ਸਾਡਾ ਗਵੰਡੀ ਹੈ ਕੋਈ ਸਾਡਾ ਜਮਾਤੀ ਹੈ ਹਾਂਜੀ ਕੋਈ ਸਾਡਾ ਕੋਲੀਗ ਹੈ ਕੋਈ ਸਾਡਾ ਮਤਲਬ ਕਿ ਪਲੇਅਰ ਹੈ ਮੇਰੇ ਨਾਲ ਖੇਡਦਾ ਹੈ ਟੀਮ ਦਾ ਮੈਂਬਰ ਹੈ ਸੋ ਅਸੀਂ ਹਰ ਵੇਲੇ ਜਦੋਂ ਵੀ ਕਿਸੇ ਦੇ ਨਾਲ ਹੁੰਦੇ ਆ ਉਸ ਵੇਲੇ ਕਿਸੇ ਨਾ ਕਿਸੇ ਰਿਸ਼ਤੇ ਵਿੱਚ ਉਹਦੇ ਨਾਲ ਹੁੰਦੇ ਹੈਗੇ ਹਾਂ ਤੇ ਅਸੀਂ ਜਦੋਂ ਕਿਸੇ ਨੂੰ ਮਿਲਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਇਹ ਫੈਸਲਾ ਕਰਦੇ ਆ ਕਿ ਮੇਰਾ ਤੇਰੇ ਨਾਲ ਰਿਲੇਸ਼ਨਸ਼ਿਪ ਕੀ ਹੈ ਮੇਰਾ ਤੇਰੇ ਨਾਲ ਰਿਸ਼ਤਾ ਕੀ ਹੈ ਹਾਂ ਮਿਸਾਲ ਦੇ ਤੌਰ ਤੇ ਅਸੀਂ ਜਦੋਂ ਕਿਸੇ ਨੂੰ ਮਿਲਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਜਾਣਦੇ ਹਾਂ ਵੀ ਜਿਸ ਨੂੰ ਮੈਂ ਮਿਲ ਰਹੇ ਹਾਂ ਉਹ ਪੁਰਸ਼ ਹੈ ਕਿ ਔਰਤ ਹੈ ਪੁਰਸ਼ ਨਾਲ ਅਸੀਂ ਹੋਰ ਪੁਰਸ਼ ਨਾਲ ਪੁਰਸ਼ ਹੋਰ ਤਰ੍ਹਾਂ ਗੱਲ ਕਰੇਗਾ ਹਾਂਜੀ ਔਰਤ ਨਾਲ ਪੁਰਸ਼ ਹੋਰ ਤਰ੍ਹਾਂ ਗੱਲ ਕਰੇਗਾ ਹਾਂ ਔਰਤ ਨਾਲ ਔਰਤ ਹੋਰ ਤਰ੍ਹਾਂ ਗੱਲ ਕਰੇਗੀ ਹਾਂਜੀ ਸੋ ਇੱਕ ਤਾਂ ਇਹ ਜਾਣਨ ਦੀ ਲੋੜ ਹੈਗੀ ਹੈ ਕਿ ਰਿਸ਼ਤੇ ਜਿਹੜੇ ਹਨ ਉਹ ਜ਼ਿੰਦਗੀ ਦੇ ਹਰ ਪੜਾਅ ਤੇ ਕਾਰਜਸ਼ੀਲ ਹਨ ਹਾਂ ਤੇ ਕੁਦਰਤ ਦੇ ਵਿੱਚ ਜਿਹੜਾ ਨਾ ਉਹ ਇੱਕੋ ਹੀ ਰਿਸ਼ਤਾ ਹੈ ਉਹ ਨਰ ਤੇ ਮਾਦਾ ਦਾ ਰਿਸ਼ਤਾ ਹੈ। ਹੂੰ। ਬਾਕੀ ਸਾਰੇ ਰਿਸ਼ਤੇ ਸਮਾਜ ਦੇ ਸਿਰਦੇ ਹੋਏ ਆ। ਹਾਂਜੀ। ਸਮਾਜਿਕ ਹਨ। ਜੇਕਰ ਮੈਂ ਕਹਾਏ ਮੇਰੀ ਭੂਆ ਲੱਗਦੀ ਹੈ, ਮੇਰੀ ਭਾਬੀ ਲੱਗਦੀ ਹੈ, ਮੇਰੀ ਧੀ ਲੱਗਦੀ ਹੈ, ਇਹ ਇਹ ਲੱਗਦੀ ਹੈ, ਉਹ ਲੱਗਦੀ ਹੈ। ਇਹ ਸਾਰੇ ਜਿਹੜੇ ਸਮਾਜਿਕ ਰਿਸ਼ਤੇ ਨਾ ਇਹ ਮਨਾ ਹੀ ਆ ਹਨ। ਹੂੰ। ਇਹਦਾ ਮਤਲਬ ਇਹ ਹੈ ਕਿ ਇਹਨਾਂ ਨਾਲ ਮੇਰੇ ਸਰੀਰਕ ਸੰਬੰਧ ਨਹੀਂ ਹੋ ਸਕਦੇ। ਹਾਂਜੀ। ਸਰੀਰਕ ਸੰਬੰਧ ਜਿਹੜੇ ਹਨ ਉਹ ਜਿਨ੍ਹਾਂ ਨਾਲ ਨਹੀਂ ਹੋ ਸਕਦੇ ਉਹਨਾਂ ਨੂੰ ਅਸੀਂ ਸਮਾਜਿਕ ਰਿਸ਼ਤੇ ਬਣਾ ਲਿਆ ਹੈਗਾ ਤੇ ਉਹ ਮਨਾਹੀਆਂ ਜਿਹੜੀਆਂ ਨਾ ਉਹ ਲਾਗੂ ਕਰਦੇ ਹੈਗੇ ਆ ਅਸੀਂ ਬੇਸਿਕਲੀ ਯੁੱਗ ਬਦਲ ਰਹੇ ਆ ਹਾਂਜੀ ਯੁੱਗ ਬਦਲਣ ਦੇ ਨਾਲ ਰਿਸ਼ਤਿਆਂ ਦੇ ਵਿੱਚ ਵੀ ਤਬਦੀਲੀ ਆਏਗੀ ਵਾਪਰੇਗੀ ਇੱਕ ਤਾਂ ਜਾਣਦੇ ਲੋੜ ਹੈ ਕਿ ਯੁੱਗ ਕਿਉਂ ਬਦਲ ਰਿਹਾ ਹੈ ਹਾਂਜੀ ਤੇ ਬਦਲ ਕਿਵੇਂ ਰਿਹਾ ਹ ਹ ਤਿੰਨ ਯੁੱਗ ਹੋਏ ਹਨ ਇੱਕ ਸ਼ਿਕਾਰ ਯੁੱਗ ਖੇਤੀਬਾੜੀ ਵਾਲਾ ਯੁੱਗ ਉਦਯੋਗਿਕ ਯੁੱਗ ਹੁਣ ਅਸੀਂ ਉਸ ਤੋਂ ਅਗਲੇ ਯੁੱਗ ਦੇ ਵਿੱਚ ਹੈਗੇ ਹਾਂ ਜਿਸ ਨੂੰ ਟੈਕਨੋਲੋਜੀ ਦਾ ਯੁੱਗ ਕਹਿੰਦੇ ਹੈਗੇ। ਸ਼ਿਕਾਰ ਯੁੱਗ ਦੇ ਵਿੱਚ ਮਨੁੱਖ ਦੇ ਕੋਲ ਕੇਵਲ ਸਰੀਰਕ ਊਰਜਾ ਸੀ। ਹਾਂਜੀ। ਉਹਦੇ ਕੋਲ ਕੇਵਲ ਸਰੀਰਕ ਸ਼ਕਤੀ ਸੀ। ਉਸ ਸਰੀਰਕ ਸ਼ਕਤੀ ਦੇ ਨਾਲ ਸ਼ਿਕਾਰ ਕਰਦਾ ਸੀ। ਜਦੋਂ ਤੱਕ ਮਨੁੱਖ ਨੇ ਪਸ਼ੂ ਭਲ ਨੂੰ ਵਰਤਣਾ ਸ਼ੁਰੂ ਨਹੀਂ ਕੀਤਾ ਹਾਂਜੀ। ਖੇਤੀਬਾੜੀ ਵਾਲਾ ਯੁੱਗ ਸਥਾਪਿਤ ਨਹੀਂ ਹੋਇਆ। ਖੇਤੀਬਾੜੀ ਵਾਲਾ ਸਾਰਾ ਯੋਗ ਜਿਹੜਾ ਹੈ ਉਹ ਪਸ਼ੂਵਾਲ ਉੱਤੇ ਚੱਲਦਾ ਹੈਗਾ ਤੇ ਸ਼ਿਕਾਰ ਯੋਗ ਸਾਰਾ ਜਿਹੜਾ ਹੈ ਸਰੀਰਕ ਬਲ ਤੇ ਚੱਲਦਾ ਹੈਗਾ ਸ਼ਿਕਾਰ ਯੋਗ ਦੇ ਵਿੱਚ ਮਨੁੱਖ ਨੇ ਮਹਿਸੂਸ ਕੀਤਾ ਕਿ ਜੇਕਰ ਮੈਂ ਹੋਰਾਂ ਨਾਲ ਰਲ ਕੇ ਸ਼ਿਕਾਰ ਕਰਾਂ ਤਾਂ ਮੇਰੀ ਤਾਕਤ ਵੱਧ ਜਾਂਦੀ ਹੈ ਹੈ ਉਹ ਸਰੀਰਕ ਬਲ ਹੀ ਸੀ ਪਰੰਤੂ ਉਸ ਨੂੰ ਉਸ ਨੇ ਵਰਤਣ ਦਾ ਇੱਕ ਢੰਗ ਲੱਭ ਲਿਆ ਤੇ ਜਦੋਂ ਤੱਕ ਮਨੁੱਖ ਨੇ ਮਕੈਨੀਕਲ ਊਰਜਾ ਮਕੈਨੀਕਲ ਸ਼ਕਤੀ ਦੀ ਕਾੜ ਨਹੀਂ ਕਢੀ ਇੱਕ ਕਾੜ ਨਿਕਲੀ ਸੀ ਉਦਯੋਗਿਕ ਕ੍ਰਾਂਤੀ ਦੇ ਰਾਹੀਂ ਉਦਯੋਗਿਕ ਕ੍ਰਾਂਤੀ ਦੇ ਵਿੱਚ ਮਸ਼ੀਨਾਂ ਆ ਗਈਆਂ ਮਸ਼ੀਨਾਂ ਨਾਲ ਅਗਲਾ ਯੁੱਗ ਸ਼ੁਰੂ ਹੋਇਆ ਹੁਣ ਇਸ ਵੇਲੇ ਚੌਥਾ ਯੁੱਗ ਜਿਹੜਾ ਹੈ ਉਹ ਚੱਲ ਰਿਹਾ ਹੈ ਜਿਹੜਾ ਕੰਪਿਊਟਰ ਬੇਸਡ ਹੈਗਾ ਕੰਪਿਊਟਰ ਦਾ ਚਲਾਇਆ ਹੋਇਆ ਹੈਗਾ ਹੁਣ ਕੀ ਹੁੰਦਾ ਕੋਈ ਵੀ ਡਿਜ਼ਾਈਨ ਜਿਹੜਾ ਨਾ ਉਹ ਬਣਾਇਆ ਕੰਪਿਊਟਰ ਤੇ ਜਾਂਦਾ ਹੈ ਮਸ਼ੀਨ ਤਾਂ ਉਹਨੂੰ ਕਰ ਦਿੰਦੀ ਹੈ ਹੈਗੀ ਆ ਮਤਲਬ ਕਹਿੰਦਾ ਹੈ ਕਿ ਕੰਪਿਊਟਰ ਬੇਸਡ ਸੋਸਾਇਟੀ ਹੈ ਕੰਪਿਊਟਰ ਬੇਸਡ ਸੋਸਾਇਟੀ ਜਿਹੜੀ ਆ ਉਹ ਟੈਕਨੋਲੋਜੀ ਬੇਸਡ ਸੋਸਾਇਟੀ ਆ ਉਸ ਨੂੰ ਇਨਫੋਰਮੇਸ਼ਨ ਬੇਸਡ ਸੋਸਾਇਟੀ ਕਹਿੰਦੇ ਆ ਹੁਣ ਇਹ ਸੰਭਵ ਹੋ ਗਿਆ ਇਸ ਟੈਕਨੋਲੋਜੀ ਕਰਕੇ ਕਿ ਡਾਕਟਰ ਅਮਰੀਕਾ ਵਿੱਚ ਬੈਠਾ ਪੇਸ਼ੈਂਟ ਹਿੰਦੂਸਤਾਨ ਵਿੱਚ ਹੈਗਾ ਉਹ ਡਾਕਟਰ ਇਸ ਪੇਸ਼ੈਂਟ ਦਾ ਇਲਾਜ ਕਰ ਰਿਹਾ ਹੈ ਬਿਲਕੁਲ ਕਹਿਣ ਤੋਂ ਪਾਵੇਗਾ ਇਹ ਕੰਪਿਊਟਰ ਦੇ ਕਾਰਨ ਜਿਹੜਾ ਨਾ ਇਹ ਸੰਭਵ ਹੋ ਗਿਆ ਤੁਸੀਂ ਆਪਣੇ ਬਲੱਡ ਦਾ ਨਮੂਨਾ ਦਿੰਨੇ ਹੋ ਤੁਹਾਡੀ ਰਿਪੋਰਟ ਜਿਹੜੀ ਆ ਤੁਹਾਨੂੰ ਲਿਜਾਣ ਲੈ ਕੇ ਜਾਣ ਲੈ ਕੇ ਲਿਆਉਣ ਵਾਸਤੇ ਜਾਣਾ ਨਹੀਂ ਪੈਂਦਾ ਹੈ। ਉਹ ਕੰਪਿਊਟਰ ਤੇ ਤੁਹਾਡੀ ਰਿਪੋਰਟ ਆ ਜਾਂਦੀ ਹੈ। ਉਹ ਰਿਪੋਰਟ ਤੁਸੀਂ ਕੰਪਿਊਟਰ ਤੇ ਹੀ ਡਾਕਟਰ ਨੂੰ ਦਿਖਾ ਦਿੰਦੇ ਹੋ। ਡਾਕਟਰ ਤੁਹਾਨੂੰ ਕੰਪਿਊਟਰ ਤੇ ਦਵਾਈ ਲਿਖ ਦੇ ਦਿੰਦਾ ਹੈ। ਕਹਿਣ ਤਾਂ ਪਾਵੇਗਾ ਕਿ ਅਸੀਂ ਜਿਸ ਯੁੱਗ ਦੇ ਵਿੱਚ ਹੁਣ ਜਰ ਰਹੇ ਹਾਂ। ਉਹਦੇ ਵਿੱਚ ਤਬਦੀਲੀ ਆਏਗੀ। ਪਿਛਲੇ 30 ਸਾਲਾਂ ਦੇ ਵਿੱਚ ਜੇਕਰ ਤੁਸੀਂ ਧਿਆਨ ਨਾਲ ਵੇਖੋ ਬੱਚਿਆਂ ਦੇ ਵੱਲ ਵੇਖੋ ਬੱਚਿਆਂ ਦੀ ਜ਼ਿੰਦਗੀ ਵਿੱਚ ਕਿੰਨੀ ਤਬਦੀਲੀ ਆਈ ਹੈ ਸਾਡੇ ਬਸਤੇ ਹੋਰ ਕਿਸਮ ਦੇ ਸੀ ਸਾਡੇ ਜੁੱਤੇ ਹੋਰ ਕਿਸਮ ਦੇ ਸੀ ਸਾਡਾ ਫਰਨੀਚਰ ਹੋਰ ਕਿਸਮ ਦਾ ਸੀ ਸਾਡੇ ਘਰ ਹੋਰ ਕਿਸਮ ਦੇ ਸੀ ਸਾਡੇ ਪਹਿਰਾਵੇ ਹੋਰ ਕਿਸਮ ਦੇ ਸੀ ਸਭ ਕੁਝ ਬਦਲੇਗਾ ਜਦੋਂ ਯੁੱਗ ਬਦਲਦਾ ਉਹ ਤਾਂ ਸਭ ਕੁਝ ਬਦਲਦਾ ਹੈ ਕਾਰਾਂ ਦੇ ਡਿਜ਼ਾਈਨ ਬਦਲ ਜਾਂਦੇ ਆ ਖਾਣ ਪੀਣ ਦਾ ਜਿਹੜਾ ਹੈ ਉਹ ਚੀਜ਼ਾਂ ਬਦਲ ਜਾਂਦੀਆਂ ਹੁਣ ਬਹੁਤ ਸਾਰੇ ਘਰਾਂ ਦੇ ਵਿੱਚ ਮੈਂ ਆਪ ਇਵੇਂ ਕਰਦਾ ਜੇ ਮੇਰੇ ਘਰ ਮਹਿਮਾਨ ਆ ਜਾਂਦੇ ਹੈਗੇ ਤਾਂ ਮੈਂ ਆਪਣੀ ਵਾਈਫ ਨੂੰ ਨਹੀਂ ਕਹਿੰਦਾ ਕਿ ਇਹ ਚੀਜ਼ਾਂ ਬਣਾ ਮੈਂ ਉਹਨਾਂ ਮਹਿਮਾਨ ਨੂੰ ਹੋਟਲ ਵਿੱਚ ਲੈ ਜਾਨਾ ਤੇ ਜੋ ਖਾਣਾ ਤੁਸੀਂ ਖਾ ਲਓ ਖਾ ਸਕਦੇ ਕੰਮ ਸੌਖਾ ਹੈ ਕੰਮ ਪਰੰਤੂ ਇਹ ਹੋਇਆ ਤਾਂ ਹੈਗਾ ਕਿ ਆਮਦਨਾਂ ਵਧੀਆਂ ਹਾਂਜੀ ਆਮਦਨਾਂ ਵਧੀਆਂ ਇਸ ਕਰਕੇ ਕਿਉਂਕਿ ਟੈਕਨੋਲੋਜੀ ਦੀ ਵਰਤੋਂ ਜਿਹੜੀ ਹੈ ਸ਼ੁਰੂ ਹੋਈ ਹੈਗੀ ਜੇਕਰ ਪੁਰਾਣੀ ਟੈਕਨੋਲੋਜੀ ਅਸੀਂ ਵਰਤਦੇ ਤਾਂ ਦੁਨੀਆ ਦੀ ਜਿੰਨੀ ਇਸ ਵੇਲੇ ਆਬਾਦੀ ਹੈ ਉਹਨਾਂ ਦੀ ਖੁਰਾਕ ਨਹੀਂ ਸੀ ਪੈਦਾ ਕੀਤੀ ਜਾ ਸਕਦੀ ਇਸ ਵੇਲੇ 7 ਤੋਂ 8 ਅਰਬ ਵਸੋਂ ਦੁਨੀਆ ਦੀ ਜਿਹੜੀ ਹੈ ਉਹ ਖੁਰਾਕ ਹਨ ਹੁਣ ਜਿਹੜੇ ਟਰੈਕਟਰ ਆ ਗਏ ਹਨ ਉਹ 1.5 1.5 ਫੁੱਟ ਜ਼ਮੀਨ ਦੇ ਵਿੱਚ ਜਿਹੜਾ ਨਾ ਉਹ ਖੋਦਾਈ ਕਰਦੇ ਹਾਂ ਹਾਂਜੀ ਹੁਣ ਟਮਾਟਰ ਤੁਸੀਂ ਵੇਖੋ ਕਿਹੋ ਜਿਹਾ ਆ ਗਏ ਹੈਗੇ ਹੁਣ ਅੱਗੇ ਤੋਂ ਤਰਬੂਜ਼ ਜਿਹੜਾ ਹੈ ਉਹ ਕਿਹੋ ਜਿਹਾ ਆ ਗਿਆ ਮਤਲਬ ਫੈਮਿਲੀ ਦੇ ਅਨਸਾਰ ਅਚੀਜ਼ਾ ਆਉਣ ਲੱਗ ਪਈਆਂ ਜੇਕਰ ਦੋ ਬੰਦਿਆਂ ਨੇ ਤਰਬੂਜ਼ ਖਾਣਾ ਹੈ ਦੋ ਬੰਦਿਆਂ ਦੇ ਤਰਬੂਜ਼ ਦੋ ਬੰਦਿਆਂ ਵਾਸਤੇ ਉਸ ਸਾਈਜ਼ ਦਾ ਤਰਬੂਜ਼ ਜਿਹੜਾ ਮਿਲਦਾ ਹੈਗਾ ਕਹਿਣ ਤੋਂ ਪਾਵੇਗਾ ਕਿ ਰਿਸ਼ਤੇ ਬਦਲ ਰਹੇ ਹਨ ਪਹਿਲਾਂ ਤਾਂ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਇਹਦੇ ਪ੍ਰਤੀ ਵਿਰੋਧ ਕਰਨ ਦੀ ਲੋੜ ਨਹੀਂ ਹੈਗੀ ਰਿਸ਼ਤੇ ਬਦਲਨੇ ਹਨ ਇਹਨਾਂ ਨੇ ਬਦਲਣਾ ਬਦਲਣ ਦਾ ਕੀ ਮਤਲਬ ਹੈ ਹੁਣ ਡਾਈਵੋਰਸ ਉਤਨਾ ਔਖਾ ਨਹੀਂ ਹੈ ਜੇਕਰ ਅਜੇ ਵੀ ਕਤਲ ਹੋ ਰਹੇ ਹਨ ਤਾਂ ਇਹ ਇਸ ਕਰਕੇ ਹਨ ਕਿ ਅਸੀਂ ਪਛੜੇ ਹੋਏ ਹੈਗੇ ਹਾਂ ਅਸੀਂ ਨਵੀਂ ਟੈਕਨੋਲੋਜੀ ਨਹੀਂ ਵਰਤ ਰਹੇ ਜੇਕਰ ਤੁਹਾਡੀ ਮੇਰੇ ਨਾਲ ਨਹੀਂ ਬਣੀ ਮੇਰੀ ਤੁਹਾਡੇ ਨਾਲ ਨਹੀਂ ਬਣੀ ਡਾਈਵੋਰਸ ਜਿਹੜਾ ਹੈਗਾ ਉਹਦਾ ਬੜਾ ਸੌਖਾ ਟੰਗ ਹੈਗਾ ਬਜਾਏ ਇਹਦੇ ਕਿ ਅਸੀਂ ਇੱਕ ਦੂਜੇ ਦਾ ਕਤਲ ਕਰਨ ਲੱਗ ਜਾਈਏ ਸੋ ਇਸ ਟੰਗ ਦੇ ਨਾਲ ਕੀ ਹੈ ਕਿ ਚੀਜ਼ਾਂ ਦੀ ਰਫ਼ਤਾਰ ਵੱਧ ਗਈ ਹੈ ਉਹਨਾਂ ਦੇ ਵਿੱਚ ਤਬਦੀਲੀ ਦੀ ਰਫ਼ਤਾਰ ਵੱਧ ਗਈ ਹੈ ਕਿਉਂ ਸੋ ਇਹ ਦੂਜੀ ਗੱਲ ਇਹ ਹੈਗੀ ਹੈ ਕਿ ਰਿਸ਼ਤਿਆਂ ਦੇ ਵਿੱਚ ਬਦਲਾਅ ਆ ਰਿਹਾ ਹੈ ਤੇ ਬਦਲਾਅ ਬੜੀ ਤੇਜ਼ੀ ਨਾਲ ਆ ਰਿਹਾ ਹੈ ਹੋਰ ਆਵੇਗਾ ਹੁਣ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਵਿਆਹ ਤੋਂ ਬਿਨਾਂ ਜ਼ਿੰਦਗੀ گزار ਰਹੇ ਹਨ ਇੱਕ ਲੜਕੀ ਸੀ ਉਸਦੇ ਤਿੰਨ ਭਰਾ ਸੀ ਲੜਕੀ ਜਿਸ ਵੀ ਲੜਕੇ ਨਾਲ ਗੱਲ ਕਰਦੇ ਸੀ ਜਾਂ ਜਿਹੜਾ ਵੀ ਲੜਕਾ ਉਸ ਲੜਕੀ ਨਾਲ ਗੱਲ ਕਰਦਾ ਸੀ ਉਹ ਤਿੰਨ ਭਰਾ ਉਹਨੂੰ ਕੁੱਟ ਦਿੰਦੇ ਸੀ ਤੇ ਉਸ ਨੇ ਪ੍ਰੋਟੈਸਟ ਵੱਜੋਂ ਉਹਨਾਂ ਦੇ ਨਾਲ ਰਹਿਣਾ ਹੀ ਬੰਦ ਕਰ ਦਿੱਤਾ ਕਿ ਨਹੀਂ ਮੈਂ ਤੁਹਾਡੇ ਨਾਲ ਨਹੀਂ ਰਹਣੀ ਮੈਂ ਵੱਖਰੀ ਹੋਾਂਗੀ ਹਾਂਜੀ ਤਾਂ ਕਿ ਮੈਂ ਆਪਣੀ ਜ਼ਿੰਦਗੀ ਜੀ ਸਕਾਂ ਇਹ ਦਲੇਰੀ ਹੁਣ ਆਈ ਹੈਗੀ ਇਹ ਪਹਿਲਾਂ ਨਹੀਂ ਸੀ ਹਾਂਜੀ ਮੈਂ ਇਸ ਨਾਲ ਵਿਆਹ ਨਹੀਂ ਕਰਵਾਉਣਾ ਔਰਤ ਨੂੰ ਇਹ ਕਹਿਣ ਦੀ ਦਲੇਰੀ ਪਿਛਲੇ 30 40 50 ਸਾਲਾਂ ਦੇ ਵਿੱਚ ਹੀ ਮਿਲੀ ਹੈਗੀ ਹੈ ਉਸ ਤੋਂ ਪਹਿਲਾਂ ਉਹ ਇਹ ਗੱਲ ਨਹੀਂ ਕਹਿੰਦੀ ਹੁੰਦੀ ਹਾਂਜੀ ਤੇ ਹੁਣ ਇੱਜ਼ਤ ਅਣਖ ਉਤਨੀ ਮਜ਼ਬੂਤ ਨਹੀਂ ਰਹੀ ਜਿੰਨੀ ਪਹਿਲਾਂ ਹੁੰਦੀ ਸੀਗੀ ਸਿੰਪਲ ਗੱਲ ਹੈਗੀ ਹੈ ਜੇ ਨਹੀਂ ਬਣੀ ਤਾਂ ਵੱਖਰੇ ਹੋ ਜਾਣਾ ਸੋ ਰਿਸ਼ਤਿਆਂ ਦੇ ਵਿੱਚ ਟੁੱਟ ਭੱਜ ਵੀ ਆਏਗੀ ਨਵੇਂ ਰਿਸ਼ਤੇ ਬਣਨਗੇ ਵਿਆਹ ਵਧ ਰਹੇ ਹਨ ਕਿ ਤਲਾਕ ਵਧ ਰਹੇ ਹਨ ਹਰ ਤਲਾਕ ਦਾ ਉਦੇਸ਼ ਵਿਆਹ ਹੁੰਦਾ ਹੈ ਸੋ ਰਿਸ਼ਤਿਆਂ ਦੀ ਵੈਰਾਈਟੀ ਜਿਹੜੀ ਹੈ ਨਾ ਉਸ ਨੂੰ ਸਮਝਣ ਦੀ ਲੋੜ ਹੈਗੀ ਹੈ ਹਾਂਜੀ ਹੁਣ ਘਰ ਤੋਂ ਬਾਹਰ ਦੇ ਰਿਸ਼ਤੇ ਜਿਹੜੇ ਹਨ ਉਹ ਇੰਪੋਰਟੈਂਟ ਹੁੰਦੇ ਜਾ ਰਹੇ ਹਨ ਕੁਲੀਗ ਜਿਹੜਾ ਹੈ ਉਹ ਵਧੇਰੇ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ ਗਵਾਂਡੀ ਵਧੇਰੇ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ। ਕਿਰਾਏਦਾਰ ਜਿਹੜਾ ਹੈ ਮਾਲਕ ਮਕਾਨ ਦੇ ਨਾਲ ਉਸ ਦਾ ਰਿਲੇਸ਼ਨਸ਼ਿਪ ਜਿਹੜਾ ਬਦਲ ਰਿਹਾ ਹੈਗਾ। ਹੂੰ। ਮਿਸਾਲ ਦੇ ਤੌਰ ਤੇ ਜੇ ਮੇਰਾ ਕਿਰਾਏਦਾਰ ਡਾਕਟਰ ਹੈ ਜਾਂ ਮੇਰਾ ਗਵਾਂਡੀ ਡਾਕਟਰ ਤੇ ਮੈਂ ਉਸ ਨਾਲ ਬਣਾ ਕੇ ਰੱਖਾਂਗਾ ਕਿਉਂਕਿ ਉਹ ਫਾਇਦੇਮੰਦ ਬੰਦਾ ਹੈਗਾ। ਉਹ ਯੂਸਫੁਲ ਬੰਦਾ ਹੈਗਾ। ਸੋ ਲੋਕਾਂ ਦੀ ਸਮਝ ਵਧੇ ਵਧ ਰਹੀ ਹੈ। ਉਸ ਵਧੇ ਹੋਈ ਸਮਝ ਨਾਲ ਰਿਸ਼ਤਿਆਂ ਦੀ ਜਿਹੜੀ ਕਿਸਮ ਹੈਗੀ ਹੈ ਉਹ ਬਦਲ ਰਹੀ ਹੈ। ਹੂੰ। ਇਸ ਦਾ ਇਸ ਨਾਲ ਗੱਲ ਨੂੰ ਇਵੇਂ ਸਮਝਣ ਦੀ ਲੋੜ ਹੈਗੀ ਹੈ ਕਿ ਅਸੀਂ ਇੱਕ ਨਵੇਂ ਯੁੱਗ ਦੇ ਵਿੱਚ ਪ੍ਰਵੇਸ਼ ਕਰ ਰਹੇ ਹਾਂ ਪਿਛੇ ਜਿਹੇ ਮੈਂ ਕਿਹਾ ਕਿ ਜ਼ਿੰਦਗੀ ਦੇ ਵਿੱਚ ਨਾ ਵੈਰਾਈਟੀ ਆ ਗਈ ਹੈਗੀ ਹਰ ਚੀਜ਼ ਦੀ ਆਪਾਂ ਹੋਟਲ 'ਚ ਜਾਂਦੇ ਆ ਗਿਆਂ ਕਿੰਨੀਆਂ ਹੀ ਡਿਸ਼ੇਸ ਹੁੰਦੀਆਂ ਹਨ ਹਲਵਾਈ ਦੀ ਦੁਕਾਨ ਤੇ ਜਾਂਦੇ ਆ ਕਿੰਨੀਆਂ ਹੀ ਮਠਿਆਈਆਂ ਵਗੈਰਾ ਬਣੀਆਂ ਹੁੰਦੀਆਂ ਹੈਗੀਆਂ ਕੱਪੜਾ ਲੈਂਦੇ ਆ ਕਿੰਨੇ ਹੀ ਕੱਪੜੇ ਦੇਖਦੇ ਹੈਗੀਆਂ ਮਕਾਨ ਕਿਰਾਏ ਤੇ ਲੈਂਦੇ ਆ ਕਿੰਨੇ ਹੀ ਮਕਾਨ ਵੇਖਦੇ ਹੈਗੇ ਇਸ ਤਰ੍ਹਾਂ ਮਨੁੱਖੀ ਰਿਸ਼ਤਿਆਂ ਵਿੱਚ ਵੀ ਤਬਦੀਲੀ ਆ ਰਹੀ ਹੈ ਹੁਣ ਹਰੇਕ ਪੁਰਸ਼ ਤੇ ਹਰੇਕ ਇਸਤਰੀ 4 5 6 ਪੁਰਸ਼ਾਂ ਦੇ 4 5 6 ਇਸਤਰੀਆਂ ਦੇ ਸੰਪਰਕ ਵਿੱਚ ਆਵੇਗਾ ਉਹ ਸੰਪਰਕ ਵਿੱਚ ਆਉਣਾ ਜਿਹੜਾ ਹੈਗਾ ਉਹ ਇੱਕ ਨਵੀਂ ਸੰਭਾਵਨਾ ਜਿਹੜੀ ਪੈਦਾ ਹੋਈ ਹੈ ਟੈਲੀਫੋਨ ਨੇ ਰਿਸ਼ਤੇ ਬਦਲ ਦਿੱਤੇ ਹਨ ਟੈਲੀਫੋਨ ਨੇ ਰਿਸ਼ਤੇ ਪੌਣੇ ਸੌਕੇ ਕਰ ਦਿੱਤੇ ਹਨ ਟੈਲੀਫੋਨ ਬਹੁਤ ਸਾਰੇ ਉਹਦੇ ਵਿੱਚ ਗੁਣ ਵੀ ਹਨ ਤੇ ਬਹੁਤ ਸਾਰੇ ਔਗਣ ਵੀ ਹਨ ਜਿਹੜੀ ਚੀਜ਼ ਚੰਗੀ ਹੋਵੇਗੀ ਉਹਦੇ ਔਰ ਇਹ ਦੁਰਵਰਤਾਂ ਵੀ ਕੀਤੀ ਜਾਵੇਗੀ ਹੂੰ ਸੋ ਇਸ ਢੰਗ ਨਾਲ ਕੀ ਹੋ ਰਿਹਾ ਹੈਗਾ ਕਿ ਇੱਕ ਮੈਨੂੰ ਵਕੀਰ ਦਾ ਫੋਨ ਆਇਆ ਕਹਿੰਦਾ ਜੀ ਤੁਸੀਂ ਇਹ ਗੱਲ ਲਿਖੀ ਹੈ ਮੈਂ ਕਿਹਾ हां ਲਿਖੀ ਹੈ ਹਾਂ ਜੀ ਕਹਿੰਦਾ ਨਹੀਂ ਸਾਡੇ ਪਿੰਡ ਵਿੱਚ ਨਹੀਂ ਇਵੇਂ ਹੁੰਦਾ ਹੈਗਾ ਮੈਂ ਕਿਹਾ ਤੁਹਾਡਾ ਪਿੰਡ ਵੱਖਰੀ ਕਿਸਮ ਦਾ ਹੋਣਾ ਜਿਹਦੇ ਵਿੱਚ ਇੱਕ ਪੁਰਸ਼ ਤੇ ਇੱਕ ਔਰਤ ਦਾ ਹੀ ਰਿਸ਼ਤਾ ਚੱਲਦਾ ਹੋਣਾ ਮੈਂ ਕਿਹਾ ਹੁਣ ਇਹ ਰਿਸ਼ਤੇ ਜਿਹੜੇ ਹਨ ਬਹੁਤੇ ਕਾਮਯਾਬ ਨਹੀਂ ਹਨ ਜੇਕਰ ਕੋਈ ਲੜਕੀ ਦਫ਼ਤਰ ਦੇ ਵਿੱਚ ਕੰਮ ਕਰਦੀ ਹੈ ਦਫ਼ਤਰ ਦੇ ਵਿੱਚ ਜਿਹੜੇ ਉਹਦੇ ਕੁਲੀਗਸ ਹਨ ਉਹਨਾਂ ਦੇ ਨਾਲ ਉਹਨਾਂ ਦਾ ਉਸ ਦਾ ਸਹਿਚਾਰ ਹੋਵੇਗਾ ਉੱਠਣ ਬੈਠਣ ਦੀ ਹੋਵੇਗਾ ਉਸ ਨਾਲ ਉਹਨਾਂ ਦੀ ਗੱਲਬਾਤ ਵੀ ਹੋਵੇਗੀ ਤੇ ਇੱਕ ਵਾਰੀ ਕੀ ਹੋਇਆ ਇੱਕ ਆਦਮੀ ਸੀ ਉਸਦੀ ਵਾਈਫ ਬੜੀ ਲਾਇਕ ਸੀ ਉਸਨੇ ਉਸ ਨੂੰ ਕਿਹਾ ਕਿ ਤੂੰ IAS ਦਾ ਇਮਤਿਹਾਨ ਦੇ ਉਸਨੇ IAS ਦਾ ਇਮਤਿਹਾਨ ਦਿੱਤਾ ਪਹਿਲੀ ਵਾਰੀ ਤਾਂ ਨਹੀਂ ਦੂਜੀ ਵਾਰੀ ਉਹ ਸਿਲੈਕਟ ਹੋ ਗਈ। ਉਹ ਟ੍ਰੇਨਿੰਗ ਤੇ ਗਈ। ਟ੍ਰੇਨਿੰਗ ਤੇ ਹੋਰ ਵੀ ਜਿਹੜੇ ਸੀਗੇ IAS ਕੈਂਡੀਡੇਟਸ ਸੀਗੇ ਜਿਹੜਾ ਸਿਲੈਕਟ ਹੋਏ ਸੀ ਉਹਨਾਂ ਦੀ ਟ੍ਰੇਨਿੰਗ ਹੋਣੀ ਸੀਗੀ। ਇਹ ਆਮ ਤੌਰ ਤੇ ਮਸੂਰੀ ਹੁੰਦੀ ਹੈਗੀ ਹੈ। ਤੇ ਉੱਥੇ ਉਹ ਕਿਸੇ ਹੋਰ ਦੇ ਸੰਪਰਕ ਵਿੱਚ ਆਈ। ਤੇ ਉਸ ਨੂੰ ਲੱਗਿਆ ਕਿ ਮੇਰਾ ਆਪਣਾ ਹਸਬੰਡ ਜਿਹੜਾ ਨਾ ਇਹ ਬੜਾ ਪਛੜਿਆ ਹੋਇਆ ਹੈਗਾ। ਉਸਨੇ ਆਪਣੇ ਹਸਬੰਡ ਨੂੰ ਯਾਕੇ ਉਸ ਬੰਦੇ ਨਾਲ ਵਿਆਹ ਕਰ ਲਿਆ ਤੇ ਉਹ ਬੰਦਾ ਬੜਾ ਕਲਪ ਰਿਹਾ ਸੀ ਕਹਿੰਦਾ ਵੀ ਦੇਖੋ ਮੈਂ ਉਸ ਨੂੰ ਆਈਐਸ ਬਣਾਇਆ ਮੈਂ ਕਿਹਾ ਨਹੀਂ ਤੂੰ ਆਈਐਸ ਨਹੀਂ ਬਣਾਇਆ ਤੂੰ ਰਿਸਕ ਲਿਆ ਰਿਸਕ ਇਹ ਲਿਆ ਤਾਂ ਮੈਨੂੰ ਸੋਚਣਾ ਚਾਹੀਦਾ ਸੀ ਕਿ ਜੇਕਰ ਉਹ ਆਈਐਸ ਬਣ ਜਾਏਗੀ ਕਿ ਤੂੰ ਆਈਐਸ ਪਤਨੀ ਦਾ ਪਤੀ ਬਣ ਸਕਦਾ ਹੈ ਰਹਿ ਸਕਦਾ ਹੈ ਕਿ ਉਹ ਤੈਨੂੰ ਪ੍ਰਮਾਨ ਕਰੇਗੀ ਉਹ ਜਦੋਂ ਆਈਐਸ ਬਣ ਗਈ ਭਾਵੇਂ ਤੇਰੇ ਕਾਰਨ ਬਣ ਗਈ ਪਰੰਤੂ ਉਸ ਦੀ ਜ਼ਿੰਦਗੀ ਬਦਲ ਗਈ ਉਹਦੀ ਦੁਨੀਆ ਬਦ ਲੱਗੀ ਉਸ ਬਦਲੀ ਹੋਈ ਦੁਨੀਆ ਦੇ ਵਿੱਚ ਉਸ ਨੇ ਬਦਲੇ ਹੋਏ ਢੰਗ ਦੇ ਨਾਲ ਫੈਸਲੇ ਕਰਨੇ ਸੀ ਉਸ ਨੇ ਫੈਸਲਾ ਕੀਤਾ ਤੈਨੂੰ ਉਹ ਪਾਵੇਂ ਤੂੰ ਔਕਾ ਹੋ ਪਾਵੇਂ ਸੌਕਾ ਹੋ ਇਹ ਫੈਸਲਾ ਤੈਨੂੰ ਪ੍ਰਵਾਨ ਕਰਨਾ ਪਾਊਗਾ ਪਰ ਇਹ ਰਿਸ਼ਤਿਆਂ ਚ ਅਨੈਤਿਕਤਾ ਨਹੀਂ ਹੈ ਇਹ ਨਹੀਂ ਇਹ ਰਿਸ਼ਤਿਆਂ ਚ ਅਨੈਤਿਕਤਾ ਨਹੀਂ ਹੈ ਕਿ ਤੁਸੀਂ ਜੇ ਇੱਕ ਕਦਮ ਵੀ ਅੱਗੇ ਵਧ ਗਏ ਤਾਂ ਤੁਸੀਂ ਕਿਸੇ ਨੂੰ ਪਛਾਣ ਛੱਡ ਦਿੰਨੇ ਇਹਵੇਂ ਨਹੀਂ ਹੁੰਦਾ ਹੁੰਦਾ ਇਹ ਤਾਂ ਉਹਵੇਂ ਆ ਜਿਵੇਂ ਟੀਚਰ ਜਿਹੜਾ ਨਾ ਉਹ ਜੇਕਰ ਉਹਦਾ ਕੋਈ ਸਟੂਡੈਂਟ ਵੱਡਾ ਅਫਸਰ ਲੱਗ ਜਾਂਦਾ ਤੇ ਉਹ ਇਹ ਐਕਸਪੈਕਟ ਕਰੇ ਕਿ ਸਾਰੀ ਜ਼ਿੰਦਗੀ ਜਿਹੜਾ ਨਾ ਮੇਰੇ ਪ੍ਰਤੀ ਧੰਨਵਾਦੀ ਰਹੇਗਾ ਜਾਂ ਮੇਰੀ ਸੇਵਾ ਕਰੇਗਾ ਇਵੇਂ ਨਹੀਂ ਹੁੰਦਾ ਹੁੰਦਾ ਉਹਨੇ ਆਪਣਾ ਰੋਲ ਨਿਭਾ ਦਿੱਤਾ ਜਿੰਨਾ ਚਿਰ ਉਹ ਉਸਦੇ ਨਾਲ ਰਹੀ ਮੈਨੂੰ ਇੱਕ ਬੰਦਾ ਮਿਲਿਆ ਸੀ ਉਹ ਕਹਿੰਦਾ ਜੇ ਮੈਂ ਆ ਆਪਣੀ ਵਾਈਫ ਨੂੰ ਨਾ ਆਈਏਐਸ ਕਰਵਾ ਸਕਦਾ ਹੈਗਾ ਮੈਂ ਕਿਹਾ ਤੂੰ ਆਪ ਕਿਉਂ ਨਹੀਂ ਕਰਦਾ ਹਾਂਜੀ ਕਹਿੰਦਾ ਮੇਰੇ ਵਿੱਚ ਕਪੈਸਿਟੀ ਨਹੀਂ ਹੈਗੀ ਮੇਰੀ ਵਾਈਫ ਦੇ ਵਿੱਚ ਹੈਗੀ ਹੈ ਮੈਂ ਕਿਹਾ ਉਹਨੂੰ ਕਰਵਾਏਗਾ ਤਾਂ ਇਹ ਖਤਰਾ ਵੀ ਹੈਗਾ ਕਿ ਉਹ ਤੈਨੂੰ ਛੱਡ ਜਾਏਗੀ ਹਾਂਜੀ ਹੁਣ ਫੈਸਲਾ ਉਸਨੇ ਇਹ ਦੇਖ ਕੇ ਕਰਨਾ ਹੈ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਆ ਨਾ ਕਿ ਤੁਹਾਡੀ ਆਪਣੀ ਸੋਚ ਹੋਣੀ ਚਾਹੀਦੀ ਹੈ ਤੇ ਸੋਚ ਤੋਂ ਬਾਅਦ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਇਹ ਮੇਰੀ ਹਰੇਕ ਗੱਲ ਨੂੰ ਮੰਨੇ ਇਹ ਮੇਰੀ ਹਰੇਕ ਗੱਲ ਨਾਲ ਸਹਿਮਤ ਹੋਵੇ ਇਹ ਨਹੀਂ ਹੋ ਜਾ ਜੇਕਰ ਪਿਤਾ ਧਾਰਮਿਕ ਵਿਚਾਰਾਂ ਵਾਲਾ ਹੈਗਾ ਤੇ ਜੇਕਰ ਪੁੱਤਰ ਨੂੰ ਸੋਚਣ ਦੀ ਆਦਤ ਹੈ ਜ਼ਰੂਰੀ ਨਹੀਂ ਕਿ ਉਹ ਧਾਰਮਿਕ ਵਿਚਾਰਾਂ ਵਾਲਾ ਹੋਵੇਗਾ ਤੇ ਉਸ ਵੇਲੇ ਪਿਤਾ ਜਿਹੜਾ ਨਾ ਇਸ ਗੱਲ ਤੇ ਦੁਖੀ ਹੋਏਗਾ ਕਿ ਇਹ ਹੁਣ ਮੇਰੀ ਗੱਲ ਹੀ ਨਹੀਂ ਸੁਣਦਾ ਇਹ ਮੇਰੀ ਗੱਲ ਹੀ ਨਹੀਂ ਮੰਨਦਾ ਜੇ ਤੁਸੀਂ ਚਾਹੋ ਨਿਓ ਕਿ ਉਹ ਸੋਚੇ ਉਹ ਸੋਚੇਗਾ ਤਾਂ ਉਸ ਸੋਚਣ ਦੇ ਨਾਲ ਜਿਹੜੀ ਉਹਦੇ ਵਿੱਚ ਤਬਦੀਲੀ ਆਵੇਗੀ ਕੀ ਤੁਸੀਂ ਉਸ ਨੂੰ ਬਰਦਾਸ਼ਤ ਕਰਨ ਦੇ ਕਾਬਿਲ ਹੋ ਕੀ ਬਰਦਾਸ਼ਤ ਕਰਨ ਦੇ ਯੋਗ ਹੋ ਮੈਂ ਜਾਣਦਾ ਕਿ ਮੇਰੇ ਬੱਚੇ ਜਿਹੜੇ ਹਨ ਮੇਰੇ ਨਾਲੋਂ ਜ਼ਿਆਦੇ ਸਿਆਣੇ ਹਨ ਉਹ ਜ਼ਿਆਦੇ ਪੜ੍ਹੇ ਲਿਖੇ ਹਨ ਉਹਨਾਂ ਦੀ ਆਮਦਨ ਜ਼ਿਆਦਾ ਹੈਗੀ ਹੈ ਆਮਦਨ ਦੇ ਨਾਲ ਸੋਚ ਪੈਦਾ ਹੁੰਦੀ ਹੈ ਆਮਦਨ ਨਾਲ ਲਾਲ ਵਿਹਾਰ ਬਦਲਦਾ ਹੈ ਕੰਮ ਸੋ ਮੈਨੂੰ ਇਹ ਐਕਸੈਪਟ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਸੋਚ ਆਪਣੀ ਹੈ ਜੇ ਮੈਂ ਉਹਨਾਂ ਨੂੰ ਫੇਰ ਵੀ ਗਾਈਡ ਕਰੀ ਜਾਵਾਂ ਮੈਂ ਹੀ ਉਹਨਾਂ ਨੂੰ ਹਰ ਗੱਲ ਸਮਝਾਈ ਜਾਵਾਂ ਇਹ ਗਲਤ ਹੈਗਾ ਇੱਕ ਲੜਕੇ ਸੇ ਉਹ ਉਹਦੀ ਜਿਹੜੀ ਮਾਂ ਸੀ ਨਾ ਉਹ ਕੋਈ ਟੈਲੀਫੋਨ ਤੇ ਕੁਝ ਕਰ ਰਹੀ ਸੀ ਉਹ ਕਹਿੰਦੇ ਕੀ ਕਰ ਰਹੀ ਹੈ ਕਿਨੇ ਮੈਂ ਗੇਮ ਖੇਡ ਰਹੀ ਹਾਂ ਤੇ ਮਾਂ ਕਹਿੰਦੇ ਗੇਮਸ ਨਾ ਖੇਡਿਆ ਕਰ ਸਿਰ ਦੁਖਣ ਲੱਗ ਜਾਊਗਾ ਤੇਰਾ ਤੇ ਉਹ ਰੋਟੀ ਖਾਣ ਲੱਗਿਓ ਉਹਨੇ ਥੋੜਾ ਜਿਹਾ ਚਾਹ ਦਾ ਲਿਆ ਤੇ ਮਾਂ ਕਹਿੰਦੇ ਆ ਆਚਾਰ ਨਾ ਬਹੁਤਾ ਖਾਇਆ ਕਰ ਇਸ ਨਾਲ ਐਸਿਡਿਟੀ ਹੋ ਜਾਂਦੀ ਹੈ ਉਹ ਚਾਹ ਪੀ ਰਹੀ ਸੀ ਚਾਹ ਬਹੁਤੇ ਗਰਮ ਨਾ ਪੀਆ ਕਰ ਇਹ ਗਲੇ ਚ ਜਿਹੜੀ ਹੈ ਕਿ ਤੰਗ ਕਰਦੀ ਹੈਗੀ ਉਹ ਕਹਿੰਦੀ ਮਾਂ ਮੈਂ ਹੁਣ ਅਫਸਰ ਲੱਗੀ ਹੋਈ ਆ ਤੋਂ ਮੈਨੂੰ ਹਰ ਗੱਲ ਜਿਹੜੀ ਹੈ ਕਿਉਂ ਸਮਝਾਉਣ ਲੱਗ ਜਾਂਦੀ ਹੈਗੀ ਤੋ ਕੀ ਸਮਝਦੀ ਹੈ ਕਿ ਮੈਂ ਅਜੇ 5-6 ਸਾਲ ਦੀ ਬੱਚੀ ਹੈਗੀ ਹੂੰ ਸੋ ਤਬਦੀਲੀ ਆ ਰਹੀ ਹੈ ਤਬਦੀਲੀ ਨੂੰ ਐਕਸੈਪਟ ਵੀ ਕਰੋ ਹਾਂ ਜੀ ਤਬਦੀਲੀ ਨੂੰ ਐਕਸੈਪਟ ਵੀ ਕਰੋ ਰਿਸ਼ਤੇ ਵਿੱਚ ਵੀ ਤਬਦੀਲੀ ਆ ਰਹੀ ਹੈ ਹੁਣ ਨਵੇਂ ਜ਼ਮਾਨੇ ਦੇ ਹਸਬੰਡ ਵਾਈਫ ਹੋਰ ਕਿਸਮ ਦੇ ਆ ਇਹ ਨਹੀਂ ਹੈਗਾ ਕਿ ਉਹ ਹਰ ਗੱਲ ਤੁਹਾਡੀ ਮੰਨਣਗੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਗੇ ਜੇਕਰ ਲੜਕੀ ਜਿਹੜੀ ਹੁਣ ਹਰ ਇੱਕ ਲੜਕੀ ਜਿਹੜੀ ਹੈ ਨਾ ਉਹਦੇ ਦੋ ਡਰੈਸ ਹੈ ਇੱਕ ਉਹ ਡਰੈਸ ਹੈ ਜਿਹੜੀ ਘਰ ਦੇ ਵਿੱਚ ਪਾਉਂਦੀ ਹੈ ਇੱਕ ਉਹ ਡਰੈਸ ਹੈ ਜਿਹੜੀ ਬਾਹਰ ਪਾਉਣਾ ਚਾਹੁੰਦੀ ਹੈ ਬਿਲਕੁਲ ਉਹ ਪਿਤਾ ਦੇ ਸਾਹਮਣੇ ਹੋਰ ਕਿਸਮ ਦੀ ਡਰੈਸ ਪਾਉਂਦੀ ਹੈ ਆਪਣੇ ਕਾਲੀਗਸ ਦੇ ਸਾਹਮਣੇ ਹੋਰ ਕਿਸਮ ਦੀ ਡਰੈਸ ਪਾਉਂਦੀ ਹੈ ਸੋ ਸਾਡੀ ਲਾਈਫ ਦੇ ਵਿੱਚ ਤਬਦੀਲੀ ਆ ਰਹੀ ਹੈ ਵਿਕਾਸ ਵਾਪਰ ਰਿਹਾ ਹੈ ਅਸੀਂ ਫੈਲ ਰਹੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੈਰਾਈਟੀ ਵੱਧ ਰਹੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਨਵੇਂ ਅਨੁਭਵ ਜਿਹੜੇ ਹਨ ਨਾ ਉਹ ਆ ਰਹੇ ਹਨ ਹੁਣ ਸਾਡੇ ਕੋਲ ਖਰਚਣ ਵਾਸਤੇ ਪੈਸੇ ਜ਼ਿਆਦੇ ਹਨ ਵਿਜ਼ਿਟ ਕਰਨ ਵਾਲੀਆਂ ਥਾਵਾਂ ਜ਼ਿਆਦੇ ਹਨ ਮਿਲਣ ਗਿਲਣ ਵਾਲੇ ਲੋਕ ਜ਼ਿਆਦੇ ਹਨ ਖਾਣ ਪੀਣ ਵਾਲੀਆਂ ਚੀਜ਼ਾਂ ਜ਼ਿਆਦੇ ਹਨ ਪਹਿਨਣ ਵਾਲੇ ਕੱਪੜੇ ਜ਼ਿਆਦੇ ਹਨ ਸਭ ਕੁਝ ਬਦਲ ਰਿਹਾ ਉਸ ਬਦਲਣ ਦੇ ਨਾਲ ਸਾਨੂੰ ਵੀ ਬਦਲਣਾ ਚਾਹੀਦਾ ਹੈ ਤਾਂ ਹੀ ਅਸੀਂ ਜ਼ਮਾਨੇ ਦੇ ਨਾਲ ਜਿਹੜਾ ਨਾ ਚੱਲ ਸਕਾਂਗੇ ਹੁਣ ਰਿਸ਼ਤੇ ਤੁਸੀਂ ਦੇਖੋ ਕੀ ਹੈਗਾ ਆਮ ਤੌਰ ਤੇ ਪਰਿਵਾਰ ਦੇ ਵਿੱਚ ਜਿਨ੍ਹਾਂ ਨੂੰ ਸਮਾਜਿਕ ਰਿਸ਼ਤੇ ਕਹਿੰਦੇ ਆ ਨਾ ਉਹ ਔਰਿਜਨਲ ਪੈਦਾ ਹੁੰਦੇ ਹੈਗੇ ਹਾਂਜੀ ਔਰਤ ਜਿਹੜੀ ਹੈ ਉਸ ਦਾ ਕੰਮ ਹੈ ਮਨੁੱਖ ਜਾਤੀ ਨੂੰ ਮਨੁੱਖ ਨਸਲ ਨੂੰ ਅੱਗੇ ਤੋਰਨਾ ਇੱਕ ਹੋਰ ਪੁਲੇਖਾ ਤੁਸੀਂ ਦੇਖੋ ਹੋਣ ਵਾਲਾ ਬੱਚਾ ਲੜਕਾ ਹੋਏਗਾ ਜਾਂ ਲੜਕੀ ਹੋਏਗੀ ਇਹ ਔਰਤ ਉਤੇ ਨਿਰਪੰਨ ਨਹੀਂ ਕਰਦਾ ਇਹ ਪੁਰਸ਼ ਉਤੇ ਨਿਰਪਰ ਕਰਦਾ ਬਹੁਤ ਸਾਰੀਆਂ ਸੱਸਾਂ ਜਿਹੜੀਆਂ ਨਾ ਨੂੰਹਾਂ ਨੂੰ ਇਸ ਕਰਕੇ ਪਰੇਸ਼ਾਨ ਕਰੀ ਜਾ ਰਹੀਆਂ ਕਿ ਤੇ ਉਹ ਪੁੱਤਰ ਨਹੀਂ ਜੰਮ ਰਹੀ ਵੇ ਤੂੰ ਧੀਆਂ ਨੂੰ ਜਨਮ ਦੇਈ ਜਾਣੀ ਮਤਲਬ ਜਦੋਂ ਕਿ ਨੁਕਸ ਨਾ ਔਰਤ ਵਿੱਚ ਹੈ ਨਾ ਪੁਰਸ਼ ਵਿੱਚ ਹੈ ਇਹ ਤਾਂ ਕੁਦਰਤ ਦਾ ਅਸੂਲ ਹੈ ਉਹਦਾ ਟੰਗ ਹੈ ਜੇਕਰ ਫਿਰ ਵੀ ਨੁਕਸ ਕਿਸੇ ਵਿੱਚ ਕੱਢਣਾ ਉਸਨੇ ਤਾਂ ਆਪਣੇ ਪੁੱਤਰ ਤੇ ਕੱਢੇ ਪੁੱਤਰ ਵਿੱਚ ਨਹੀਂ ਕੱਢਦੀ ਹੈਗੀ ਹੁਣ ਜੇਕਰ ਸਾਈਕੋਲੋਜੀਕਲ ਇਹ ਉਸ ਨੂੰ ਦੇਖਿਆ ਜਾਵੇ ਨਾ ਸਾਸਤੇ ਨੂੰ ਦਾ ਰਿਸ਼ਤਾ ਜਿਹੜਾ ਨਾ ਉਹ ਬੇਸਿਕਲੀ ਸੌਂਕਣਾ ਦਾ ਰਿਸ਼ਤਾ ਹੈ ਪੁਰਸ਼ ਕੌਣ ਹੈ ਪੁਰਸ਼ ਉਹਦਾ ਪੁੱਤਰ ਹੈ ਉਹਦਾ ਪਤੀ ਹੈ ਇੱਕ ਨੂੰ ਨੂੰ ਸੱਸ ਨੇ ਕੱਢ ਦਿੱਤਾ ਤੇ ਬਾਅਦ ਚ ਕਹਿੰਦੇ ਆ ਉਹਦਾ ਪੁੱਤਰ ਸੀ ਉਸ ਨੂੰ ਦਾ ਛੋਟਾ ਬੱਚਾ ਸੀ ਤੇ ਉਹ ਮਾਂ ਨੂੰ ਯਾਦ ਕਰਦਾ ਸੀ ਤੇ ਸੱਸ ਆਪਣੀ ਨੂੰ ਨੂੰ ਕਹਿੰਦੇ ਆ ਆਜਾ ਪੁੱਤਰ ਯਾਦ ਕਰਦਾ ਉਹ ਪੁੱਛਦੀ ਹੈ ਤੇਰਾ ਕਿ ਮੇਰਾ ਤੇਰਾ ਕਿ ਮੇਰਾ ਸੋ ਕਹਿਣ ਤੋਂ ਪਾਵੇਗਾ ਕਿ ਉਸ ਨੇ ਇੱਕ ਜਿਹੜਾ ਸਵਾਲ ਪੁੱਛਿਆ ਓਹੋ ਉਸ ਨੂੰ ਪਹਿਲਾਂ ਧਿਆਨ ਰੱਖਣਾ ਚਾਹੀਦਾ ਸੀ ਜੇਕਰ ਮੈਂ ਉਸ ਨੂੰ ਕੱਟ ਰਹੀ ਹਾਂ ਤੇ ਇਸ ਬੱਚੇ ਦਾ ਕੀ ਬਣੇਗਾ ਇਹ ਮੇਰੇ ਪੁੱਤਰ ਦਾ ਕੀ ਬਣੇਗਾ ਕਈ ਮਾਵਾਂ ਜਿਹੜੀਆਂ ਨੇ ਇਸ ਕਰਕੇ ਹੀ ਪੁੱਤਰਾਂ ਦਾ ਵਿਆਹ ਕਰੀ ਜਾ ਰਹੀਆਂ ਕਿਉਂਕਿ ਏਸੀ ਜਿਹੜੀ ਪਤਨੀ ਹੈਗੀ ਹੈ ਉਸਦੇ ਕੁੜੀਆਂ ਹੋ ਰਹੀਆਂ ਇੱਕ ਨੇ ਉਹਦੇ ਦੋ ਲੜਕੀਆਂ ਸੀ ਮਾਂ ਨੇ ਪੁੱਤਰ ਦਾ ਹੋਰ ਵਿਆਹ ਕਰ ਦਿੱਤਾ ਡਾਈਵੋਰਸ ਕਰਵਾ ਕੇ ਤੇ ਉਹਦੇ ਅੱਗੇ ਦੋ ਹੋਰ ਲੜਕੀਆਂ ਹੋ ਗਈਆਂ ਅੱਛਾ ਫਿਰ ਉਹ ਕੀ ਕਰੇ ਔਰ ਇਹਦੇ ਨਾਲ ਨਾਲ ਪਹਿਲੀ ਵਾਲੀ ਹੀ ਬੈਟਰ ਸੀ ਪਹਿਲੀ ਵਾਲੀ ਹੀ ਚੰਗੀ ਸੀਗੀ ਇਹ ਲੜਦੀ ਬੜੀ ਹੈਗੀ ਹੈ ਸੋ ਉਸ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕਰਨਾ ਕਿਉਂਕਿ ਰਿਸ਼ਤਾ ਸੌਂਕਣਾ ਵਾਲਾ ਹੈਗਾ ਪੁਰਸ਼ ਵਿਚਕਾਰ ਰਸਾ ਕਸ਼ੀ ਜਿਹੜੀ ਹੁੰਦੀ ਹੈ ਨਾ ਉਹ ਉਧਰ ਖਿੱਚ ਰਹੀ ਹੈ ਉਹ ਉਧਰ ਖਿੱਚ ਰਹੀ ਹੈ ਇਸ ਤੰਗ ਦੇ ਨਾਲ ਜਿਹੜੀ ਹੈ ਨਾ ਇੱਕ ਨਵੀਂ ਸਮੱਸਿਆ ਜਿਹੜੀ ਪੈਦਾ ਹੋ ਰਹੀ ਹੈ ਸਾਰੇ ਰਿਸ਼ਤੇ ਜਿਹੜੇ ਹਨ ਨਾ ਔਰਤ ਦੇ ਨਾਲ ਬੰਨੇ ਹੋਏ ਹਨ ਹਰ ਪਰਿਵਾਰਕ ਝਗੜੇ ਦੇ ਵਿੱਚ ਔਰਤ ਇਨਵੋਲਡ ਹੈ ਇਹ ਦਾ ਮਤਲਬ ਇਹ ਨਹੀਂ ਕਿ ਔਰਤ ਦਾ ਔਗਣ 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 ਕਰਕੇ ਇਨਵੋਲਡ ਹੈਗੀ ਜਾਂ ਉਸ ਦੇ ਨੁਕਸ ਹੈਗਾ ਨਹੀਂ ਉਸ ਦੇ ਨਾਲ ਸਾਰੇ ਜਿਹੜੇ ਹੈ ਨਾ ਪਰਿਵਾਰਕ ਜ਼ਿੰਦਗੀ ਘੁੰਮਦੀ ਹੈ ਪਰਿਵਾਰਕ ਜ਼ਿੰਦਗੀ ਜਿਹਨੂੰ ਘੁੰਮਦੀ ਹੈ ਤਾਂ ਉਸ ਦੇ ਵਿੱਚ ਉਹਦਾ ਮਹੱਤਵ ਹੈ ਜੇਕਰ ਉਹ ਖੁਸ਼ ਰਹੇਗੀ ਤਾਂ ਸਾਰਾ ਕੁਝ ਠੀਕ ਚਲੇਗਾ ਜਿਸ ਘਰ ਦੇ ਵਿੱਚ ਪਰਿਵਾਰ ਨੂੰ ਨੂੰ ਆਪਣੇ ਤੀਸ ਸਮਝਦਾ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਉਸ ਪਰਿਵਾਰ ਨੇ ਖੁਸ਼ਹਾਲੀ ਲਿਆਂਦੀ ਹੈ ਉਸ ਪਰਿਵਾਰ ਨੇ ਵਿਕਾਸ ਕੀਤਾ ਹੈ ਉਸ ਪਰਿਵਾਰ ਦੇ ਵਿੱਚ ਅਮੀਰੀ ਆਈ ਹੈਗੀ ਹੈ ਕਿਉਂਕਿ ਜੇਕਰ ਔਰਤ ਦਾ ਮੂਲ ਠੀਕ ਹੈ ਬੱਚਿਆਂ ਦੀ ਪਰਵਰਿਸ਼ ਠੀਕ ਹੋਵੇਗੀ ਬਿਲਕੁਲ ਬੱਚਿਆਂ ਦੀ ਪਰਵਰਿਸ਼ ਠੀਕ ਹੋਵੇਗੀ ਉਹਨਾਂ ਦਾ ਵਿਕਾਸ ਠੀਕ ਤਰ੍ਹਾਂ ਵਾਪਰੇਗਾ ਕਈ ਮਾਵਾਂ ਜਿਹੜੀਆਂ ਹੈਗੀਆਂ ਉਹ ਆਪਣੇ ਸੱਸ ਸਹੁਰੇ ਨੂੰ ਆਪਣੇ ਬੱਚਿਆਂ ਨੂੰ ਮਿਲਣ ਨਹੀਂ ਦਿੰਦੀਆਂ ਹੈਗੀਆਂ ਇੱਕ ਸਾਸ ਸਹੁਰੇ ਨੂੰ ਨੂੰਹ ਨੇ ਚੁਬਾਰੇ ਚੜਾ ਦਿੱਤਾ। ਹਾਂਜੀ। ਉਹਨਾਂ ਨੂੰ ਥੱਲੇ ਨਹੀਂ ਸੀ ਉਤਰਨ ਦਿੰਦੀ। ਹਾਂ। ਤੇ ਉਹ ਹੋਇਆ ਕਿ ਕਿ ਉਹ ਪੁੱਤਰ ਦਾ ਬਿਜ਼ਨਸ ਜਿਹੜਾ ਸੀ ਫੇਲ ਹੋ ਗਿਆ। ਉਹਨਾਂ ਨੂੰ ਛੋਟੇ ਮਕਾਨ 'ਚ ਰਹਿਣਾ ਪਿਆ। ਉਹਨਾਂ ਨੂੰ ਥੱਲੇ ਲੈ ਕੇ ਆਏ। ਤੇ ਇੱਕ ਦਿਨ ਨੂੰਹ ਨੇ ਆਪਣੇ ਪਤੀ ਨੂੰ ਮਜਬੂਰ ਕਰਕੇ ਉਹਨਾਂ ਨੂੰ ਵਿਰਧ ਆਸ਼ਰਮ ਭੇਜ ਦਿੱਤਾ। ਅੱਛਾ ਜੀ। ਤੇ ਉੱਥੇ ਉਹਨੇ ਜਾ ਕੇ ਦੇਖਿਆ ਕਿ ਮੇਰੇ ਜਿਹੜੇ ਮਮ ਜੀ ਜਿਹੜੇ ਹੈਗੇ ਆ ਇਹ ਜਿਹੜਾ ਹੋਰ ਬਿਜ਼ ਆਰਚ ਹੁੰਦਾ ਹੈ ਮੈਨੇਜਰ ਉਹਨਾਂ ਨਾਲ ਬੜੇ ਆਪਣਤ ਨਾਲ ਲਗਾਨਾ ਕਰ ਰਹੇ ਆ ਉਹਨੇ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੇਰੇ ਪਿਤਾ ਜੀ ਨੂੰ ਜਾਣਦੇ ਹੋ ਕਹਿੰਦੇ ਹਾਂ ਇਹ ਹਾਲ ਤੋ 30 ਸਾਲ ਪਹਿਲਾਂ ਨਾ ਬੱਚੇ ਨੂੰ ਗੋਦ ਲੈਣ ਆਏ ਸੀ ਅੱਛਾ ਜੀ ਮਤਲਬ ਤੈਨੂੰ ਗੋਦ ਲੈਣ ਆਏ ਸੀ ਮੈਂ ਉਦੋਂ ਦਾ ਇਹਨਾਂ ਨੂੰ ਜਾਣਦਾ ਉਸ ਨੂੰ ਇਸ ਗੱਲ ਦਾ ਚਾਣਨਾ ਹੋਇਆ ਕਿ ਮੇਰੇ ਪਿਤਾ ਨੇ ਮੈਨੂੰ ਗੋਦ ਲਿਆ ਹੋਇਆ ਤੇ ਮੈਂ ਉਹਨਾਂ ਨੂੰ ਕਿ ਉਹਨਾਂ ਨਾਲ ਵਿਹਾਰ ਕਰ ਰਹੇ ਹਾਂ ਸੋ ਇਸ ਕਿਸਮ ਦੇ ਜਿਹੜੇ ਤਬਦੀਲੀਆਂ ਜਾਂ ਇਸ ਕਿਸਮ ਦੇ ਸ਼ੌਕਸ ਇਸ ਕਿਸਮ ਦੇ ਅਚਾਨਕ ਗੱਲਾਂ ਜਿਹੜੀਆਂ ਨਾ ਪਤਾ ਲੱਗਦੀਆਂ ਹੈਗੀਆਂ ਤੇ ਉਸ ਨਾਲ ਕਈ ਟੁੱਟੇ ਰਿਸ਼ਤੇ ਬਣ ਜਾਂਦੇ ਆ ਕਈ ਬਣੇ ਹੋਏ ਰਿਸ਼ਤੇ ਟੁੱਟ ਵੀ ਜਾਂਦੇ ਹੈਗੇ ਸੋ ਇਸ ਰੰਗ ਦੇ ਨਾਲ ਕੀ ਹੋ ਰਿਹਾ ਕਿ ਬੱਚਿਆਂ ਦਾ ਮਾਪਿਆਂ ਦਾ ਰਿਸ਼ਤੇਦਾਰਾਂ ਦਾ ਸਬੰਧ ਜਿਹੜਾ ਹੈ ਨਾ ਉਹ ਵਕਰੇ ਟਾਂਗ ਨਾਲ ਜਿਹੜਾ ਹੈ ਚੱਲ ਰਿਹਾ ਹੁਣ ਮਿਸਾਲ ਦੇ ਤੌਰ ਤੇ ਦੋਸਤ ਵਧੇਰੇ ਮਹੱਤਵਪੂਰਨ ਹਨ ਰਿਸ਼ਤੇਦਾਰਾਂ ਨਾਲ ਬਿਲਕੁਲ ਜਿਵੇਂ ਆਪਾਂ ਕਹਿੰਦੇ ਹੁੰਨੇ ਕਿ ਖਾਸ ਕਰਕੇ ਕੁੜੀਆਂ ਹਨਾ ਉਹਨਾਂ ਦੀਆਂ ਇਹ ਸ਼ਿਕਾਇਤਾਂ ਹੁੰਦੀਆਂ ਨੇ ਕਿ ਮੁੰਡਿਆਂ ਤੇ ਮਾਵਾ ਦਾ ਪ੍ਰਭਾਵ ਥੋੜਾ ਜਿਹਾ ਜਿਹੜਾ ਉਹ ਜ਼ਿਆਦਾ ਹੁੰਦਾ ਹੈ ਤੇ ਉਹ ਵਿਆਹ ਤੋਂ ਬਾਅਦ ਵੀ ਮਾਵਾ ਉਹਨਾਂ ਨੂੰ ਦੱਸ ਦਿਆ ਨੇ ਕਿ ਤੁਸੀਂ ਕਿੱਥੇ ਜਾਓਗੇ ਕਿੰਨੇ ਵਜੇ ਜਾਓਗੇ ਜਾਂ ਬਹੁਤ ਵਾਰੀ ਬੰਦਾ ਮਤਲਬ ਕਨਫਿਊਜ਼ ਹੋ ਜਾਂਦਾ ਕਿ ਉਹ ਮਾਂ ਦੀ ਸਾਈਡ ਲਾਊਗਾ ਜਾਂ ਫਿਰ ਉਹ ਘਰ ਵਾਲੀ ਦੀ ਇੱਕ ਮੁੰਡਾ ਖਾਸ ਕਰਕੇ ਵਿਆਹਿਆ ਵਰਿਆ ਮੁੰਡਾ ਆਪਣੇ ਪਰਿਵਾਰ ਦੇ ਵਿੱਚ ਕਿਵੇਂ ਤਾਲਮੇਲ ਬੁਠਾ ਸਕਦਾ ਹੈ ਇੱਕ ਤਾਂ ਜਿਹੜਾ ਵੱਡਾ ਨੁਕਸ ਹੈ ਮੈਂ ਪਰਸਨਲੀ ਫੀਲ ਕਰਦਾ ਜਿਹੜਾ ਬਚਪਨ ਹੈ ਨਾ ਉਹ 14 ਸਾਲ ਦੀ ਉਮਰ ਤੱਕ ਹੁੰਦਾ ਹੈ ਸਿਆਣੀਆਂ ਮਾਵਾਂ ਨੂੰ ਆਪ ਆਪਣੇ ਬੱਚਿਆਂ ਨੂੰ ਆਪਣੇ ਪ੍ਰਭਾਵ ਵਿੱਚੋਂ ਕੱਢਣਾ ਚਾਹੀਦਾ। ਖਾਸ ਤੌਰ ਤੇ ਪੁੱਤਰਾਂ ਨੂੰ ਆਜ਼ਾਦ ਸੋਚ ਦੇ ਮਾਲਕ ਬਣਾਉਣਾ ਚਾਹੀਦਾ ਹੈ ਤਾਂ ਕਿ ਉਹ ਹੋਰਾਂ ਦੇ ਨਾਲ ਵਿਚਰ ਸਕਣ। ਮੈਂ ਜਾਣਦਾ ਇੱਕ ਪਰਿਵਾਰ ਦੇ ਵਿੱਚ ਮਾਂ ਜਿਹੜੀ ਸੀ ਨਾ ਉਹ ਪੁੱਤਰ ਨੂੰ ਕਾਰ 'ਚ ਬਿਠਾਉਂਦੀ ਸੀ, ਮੇਨ ਰੋਡ ਤੇ ਲੈ ਜਾਂਦੀ ਸੀ। ਉੱਥੇ ਸਕੂਲ ਦੀ বাস ਆਉਂਦੀ ਸੀ, ਉਹਦੇ ਵਿੱਚ ਬਿਠਾ ਦਿੰਦੀ ਸੀ। ਤੇ ਜਦੋਂ ਉਹਨੇ ਆਉਣਾ ਹੁੰਦਾ ਸੀ, ਫੇਰ ਕਾਰ ਲੈ ਕੇ ਉੱਥੇ ਪਹੁੰਚੀ ਆਉਂਦੀ ਸੀ। ਤੇ ਉਸ ਨੂੰ ਕਾਰਜ ਬਟਾਉਂਦੇ ਸੀ ਤੇ ਕਰ ਲੈ ਹੁੰਦੇ ਸੀ ਜਿਹੜੇ ਮਾਪੇ ਤੁਸੀਂ ਵੇਖੋਗੇ ਉਹ ਸਕੂਲ ਦੇ ਵਿੱਚ ਨਾ ਬੱਚਿਆਂ ਨੂੰ ਲੈਣ ਪਹੁੰਚ ਜਾਂਦੇ ਹੈਗੇ ਹਾਂਜੀ ਜਾਂ ਕਈ ਮਾਪੇ ਜਿਹਾ ਫਾਦਰ ਜਿਹੜੇ ਹਨ ਉਹ ਬੱਚਿਆਂ ਨੂੰ ਸਕੂਲ ਵਿੱਚ ਛੱਡਣ ਜਾਂਦੇ ਹੈਗੇ ਉਹ ਉਹਨਾਂ ਨੂੰ ਆਜ਼ਾਦ ਹੋਣ ਹੀ ਨਹੀਂ ਦਿੰਦੇ ਹਾਂਜੀ ਉਹ ਉਹਨਾਂ ਨੂੰ ਮੈਂ ਤਾਂ ਕਹੂੰਗਾ ਠੀਕ ਢੰਗ ਦਾ ਪੁੱਤਰ ਬਣਨ ਹੀ ਨਹੀਂ ਦਿੰਦੇ ਹਾਂ ਠੀਕ ਬੱਚੇ ਜਿਹੜੇ ਹੈਗੇ ਆ ਹੋਰ ਬੱਚਿਆਂ ਤੋਂ ਸਿੱਖਦੇ ਆ ਉਹਨਾਂ ਨੂੰ ਆਜ਼ਾਦ ਕਰੋ ਉਹਨਾਂ ਨੂੰ ਕੁਝ ਸਿੱਖਣ ਦਿਓ ਮੈਂ 40 ਸਾਲ ਪ੍ਰੋਫੈਸਰ ਨੇ ਵਿਦਿਆਰਥੀ ਵਿਦਿਆਰਥੀਆਂ ਤੋਂ ਸਿੱਖਦੇ ਹਨ ਅਧਿਆਪਕਾਂ ਤੋਂ ਇਤਨਾ ਨਹੀਂ ਸਿੱਖਦੇ ਹੈਗੇ ਅਧਿਆਪਕ ਤਾਂ ਉਹਨਾਂ ਨੂੰ ਸਿਲੇਬਸ ਪੜਾਉਂਦੇ ਆ ਜ਼ਿੰਦਗੀ ਦਾ ਸਿਲੇਬਸ ਜਿਹੜਾ ਨਾ ਉਹ ਹੋਰਾਂ ਤੋਂ ਸਿੱਖਦੇ ਹਨ ਆਪਣੇ ਕਲੀਕਸ ਤੋਂ ਸਿੱਖਦੇ ਹਨ ਆਪਣੇ ਜਮਾਤੀਆਂ ਤੋਂ ਸਿੱਖਦੇ ਹਨ ਸੋ ਉਸ ਢੰਗ ਦੇ ਨਾਲ ਇੱਕ ਤਾਂ ਵੱਡੀ ਪ੍ਰੋਬਲਮ ਇਹ ਹੈ ਕਿ ਵਨ ਚਾਈਲਡ ਫੈਮਲੀ ਪੈਦਾ ਹੋ ਗਈ ਹੈ ਇੱਕ ਹੀ ਪੁੱਤਰ ਹੈ ਉਸ ਪੁੱਤਰ ਵਿੱਚੋਂ ਮਾਪੇ ਨੂੰ ਫੌਜ ਦਾ ਅਫਸਰ ਵੀ ਦਿਖਾਈ ਦਿੰਦਾ ਹੈ ਡਾਕਟਰ ਵੀ ਦਿਖਾਈ ਦਿੰਦਾ ਹੈ ਇੰਜੀਨੀਅਰ ਵੀ ਦਿਖਾਈ ਦਿੰਦਾ ਹੈ ਅਗਿਆਕਰ ਪੁੱਤਰ ਵੀ ਦਿਖਾਈ ਦਿੰਦਾ ਹੈ ਉਹਦੇ ਵਿੱਚੋਂ ਸਭ ਕੁਝ ਦਿਖਾਈ ਦਿੰਦਾ ਹੁਣ ਉਹ ਹੈ ਤਾਂ ਨਾਰਮਲ ਇਨਸਾਨ ਹੈਗਾ ਬਿਲਕੁਲ ਮਤਲਬ ਉਹ ਕੋਈ ਉਹ ਦੇਵੀ ਦੇਵਤਾ ਤਾਂ ਹੈ ਨਹੀਂ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਬਾਹਾਂ ਹੈਗੀਆਂ ਸੋ ਜਦੋਂ ਨੂੰ ਆਉਂਦੇ ਹੈ ਤਾਂ ਉਹਨਾਂ ਨੂੰ ਇਨੀ ਅਕਲ ਨਹੀਂ ਹੈਗੀ ਵੀ ਇਸ ਦੀ ਦਿਲਚਸਪੀ ਉਸ ਦੇ ਵਿੱਚ ਹੋਏਗੀ ਕਿਉਂਕਿ ਉਹ ਉਹਦੀ ਜੀਵਨ ਸਾਥਣ ਹੈ ਉਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰ ਲੈਣਦੇ ਇਹ ਬੜੀ ਵੱਡੀ ਸਮੱਸਿਆ ਹੈਗੀ ਹੈ ਜਿਹੜੀ ਕਿ ਨੁਕਸ ਮਾਪਿਆਂ ਦੇ ਵਿੱਚ ਹੈਗਾ ਯੂਨਾਨ ਦੀ ਇੱਕ ਉਦਾਹਰਣ ਹੈਗੀ ਹੈ ਇੱਕ ਵਾਰੀ ਕਿ ਉਹ ਹੈ ਕਿ ਇੱਕ ਪੁੱਤਰ ਜਿਹੜਾ ਸੀ ਨਾ ਉਹ ਕਿਸੇ ਹੋਰ ਦੇ ਨਾਲ ਬਦਤਮੀਜ਼ੀ ਨਾਲ ਪੇਸ਼ ਆ ਰਿਹਾ ਸੀ ਆਪਣੇ ਪਿਓ ਨਾਲ ਹੀ ਬਦਤਮੀਜ਼ੀ ਨਾਲ ਪੇਸ਼ ਆ ਰਿਹਾ ਸੀ ਉਦੋਂ ਇੱਕ ਫਿਲਾਸਫਰ ਲੰਘ ਰਿਹਾ ਸੀ ਉਹ ਰੁਕ ਗਿਆ ਤੇ ਉਸਨੇ ਨਾ ਉਸ ਪਿਓ ਨੂੰ ਦੋ ਤਿੰਨ ਥੱਪੜ ਮਾਰੇ। ਅੱਛਾ। ਤੇ ਉਹ ਕਹਿੰਦਾ ਮੈਨੂੰ ਕਿਉਂ ਥੱਪੜ ਮਾਰੇ ਆਂ? ਬਦਤਮੀਜ਼ੀ ਤੈ ਇਹ ਕਰ ਰਿਹਾ। ਮੈਂ ਕਿਹਾ ਉਹ ਕਹਿੰਦਾ ਇਸ ਦੀ ਬਦਤਮੀਜ਼ੀ ਦਾ ਦੋਸ਼ ਤੇਰੇ ਤੇ ਹੈ। ਤੂੰ ਇਸ ਨੂੰ ਸ ਸਿਖਾਇਆ ਹੀ ਕੁਝ ਨਹੀਂ ਹੈਗਾ। ਤਾਂ ਕਿ ਇਹ ਬਦਤਮੀਜ਼ ਨਾ ਬਣ ਸਕੇ। ਸੋ ਇਸ ਢੰਗ ਦੇ ਨਾਲ ਕੀ ਹੁੰਦਾ ਹੈ? ਇਹ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਭਾਵੇਂ ਉਹ ਸੁਸਾਇਟੀ ਦੇ ਵਿੱਚ ਕਿੰਨੇ ਨੁਕਸਾਨ ਪਰੰਤੂ ਉਹ ਦੇ ਵਿੱਚ 16 ਸਾਲ ਦੀ ਉਮਰ ਤੋਂ ਬਾਅਦ ਬੱਚਿਆਂ ਨੂੰ ਆਪਣੇ ਘਰੋਂ ਜਾਣਾ ਪੈਂਦਾ ਹੈ ਉਹ ਆਪਣੇ ਮਾਪਿਆਂ ਦੇ ਪ੍ਰਭਾਵ ਤੋਂ ਨਿਕਲ ਜਾਂਦੇ ਹਨ 16 ਸਾਲ ਦੀ ਉਮਰ ਇਸ ਵਾਸਤੇ ਕਿਉਂਕਿ ਉਸ ਦੇ ਨਾਲ ਉਹਨਾਂ ਨੂੰ ਕਾਰ ਡਰਾਈਵਿੰਗ ਦੀ ਲਾਇਸੈਂਸ ਜਿਹੜਾ ਹੈ ਉਹ ਮਿਲ ਜਾਂਦਾ ਹੈ ਉਹ ਆਪਣੇ ਫੈਸਲੇ ਆਪ ਕਰਦੇ ਬੱਚਿਆਂ ਨੂੰ ਆਪਣੇ ਫੈਸਲੇ ਆਪ ਕਰਨ ਦਿਓ ਬਹੁਤ ਸਾਰੇ ਮਾਪੇ ਜਿਹੜੇ ਆ ਬੱਚਿਆਂ ਨੂੰ ਉਸ ਕੋਰਸ ਦੇ ਵਿੱਚ ਦਾਖਲ ਕਰਵਾ ਦੇਣਗੇ ਜਿਸ ਦੇ ਵਿੱਚ ਉਹਦੀ ਕੋਈ ਜਸਪੀ ਨਹੀਂ ਹੈ ਜੋ ਫੇਲ ਹੋ ਜਾਂਦੇ ਹੈਗੇ ਉਹਨਾਂ ਦੀ ਪੜਾਈ ਦੇ ਵਿੱਚ ਤਾਂ ਜਸਪੀ ਨਹੀਂ ਲੱਗਦੀ ਹੈਗੀ ਹੈ ਇਹ ਜਿਹੜੇ ਡਰੱਗਸ ਵਗੈਰਾ ਵਗੈਰਾ ਲੈਂਦੇ ਹੈਗੇ ਆ ਇਹ ਉਹ ਹੁੰਦੇ ਆ ਜਿਨ੍ਹਾਂ ਦੇ ਕਿਸੇ ਕੰਮ ਦੇ ਵਿੱਚ ਦਿਲਚਸਪੀ ਨਹੀਂ ਪੈਦਾ ਹੁੰਦੀ ਜੇਕਰ ਕਿਸੇ ਦੀ ਆਪਣੀ ਪੜਾਈ ਦੇ ਵਿੱਚ ਦਿਲਚਸਪੀ ਪੈਦਾ ਹੋਵੇ ਉਹ ਕੁਝ ਨਾ ਕੁਝ ਬਣ ਜਾਂਦਾ ਹੈ ਕਿਤੇ ਨਾ ਕਿਤੇ ਨਿਕਲ ਜਾਂਦਾ ਉਹ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਕਰਨ ਦੇ ਯੋਗ ਹੋ ਜਾਂਦਾ ਹੈ ਉਹਨਾਂ ਨੂੰ ਉਹਨਾਂ ਦੀ ਸਮਰੱਥਾ ਅਨੁਸਾਰ ਜਿਹੜਾ ਨਾ ਉਹ ਅੱਗੇ ਜਾਂਦੇ ਹੋ ਮੇਰੇ ਆਪਣੀ ਮਿਸਾਲ ਤਾਂ ਦੇ ਰਿਹਾ ਕਿਉਂਕਿ ਦੇਣੀ ਚਾਹੀਦੀ ਹੈ ਮੇਰਾ ਇੱਕ ਬੇਟਾ ਜਿਹੜਾ ਸੀ ਫੈਸ਼ਨ ਡਿਜ਼ਾਈਨਰ ਸੀਗਾ ਅਸੀਂ ਘਰ ਦੇ ਵਿੱਚ ਸੋਚਦੇ ਹੁੰਦੇ ਸੀ ਵੀ ਇਹ ਫੈਸ਼ਨ ਡਿਜ਼ਾਈਨਰ ਕੀ ਕੰਮ ਆਏਗਾ ਪਰੰਤੂ ਉਹਦੀ ਦਿਲਚਸਪੀ ਸੀ ਉਹਦੇ ਦਿਲਚਸਪੀ ਸੇ ਤੇ ਉਸਨੇ ਉਹਦੇ ਵਿੱਚ ਦਾਖਲਾ ਲੈ ਲਿਆ ਦਾਖਲਾ ਲੈ ਲਿਆ ਇਥੋਂ ਅਮਰੀਕਾ ਪੜਨ ਚਲਾ ਗਿਆ ਤੇ ਹੁਣ ਅਮਰੀਕਾ ਦੇ ਵਿੱਚ ਉਹ ਇੱਕ ਬਹੁਤ ਵੱਡੀ ਕੰਪਨੀ ਦੇ ਵਿੱਚ ਲੱਗਿਆ ਹੋਇਆ ਹੈ ਕਹਿਣ ਤੋਂ ਭਾਵ ਹੈ ਕਿ ਜੋ ਉਸ ਨੂੰ ਉਹ ਕੁਝ ਕਰਨ ਦੇ ਉਹ ਜਿਸ ਦੇ ਵਿੱਚ ਉਸ ਦੀ ਦਿਲਚਸਪੀ ਹੈ ਐਵੇਂ ਇੱਕ ਆਦਮੀ ਸੀ ਉਸ ਦੀ ਪੇਂਟਿੰਗ ਦੇ ਵਿੱਚ ਦਿਲਚਸਪੀ ਸੀ ਤੇ ਫਾਦਰ ਜਿਹੜਾ ਚਾਹੁੰਦਾ ਸੀ ਕਿ ਇਹ ਡਾਕਟਰ ਬਣੇ ਉਹ ਕਿਸੇ ਸਲਾਹਕਾਰ ਦੇ ਕੋਲ ਗਿਆ ਉਸ ਸਲਾਹਕਾਰ ਨੇ ਕਿਹਾ ਕਹਿੰਦਾ ਤੁਸੀਂ ਇਸ ਦੇ ਜਿਹੜੇ ਜਮਾਤੀ ਹੈ ਨਾ ਉਹਨਾਂ ਵਿੱਚੋਂ ਕੋਈ ਡਾਕਟਰ ਵੀ ਬਣੇਗਾ ਤੁਸੀਂ ਐਸ ਨੂੰ ਪੇਂਟਰ ਬਣਨ ਦਿਓ 40 ਸਾਲ ਬਾਅਦ ਵੇਖਣਾ ਤੁਸੀਂ ਇਹ ਪੇਂਟਰ ਦੇ ਤੌਰ ਤੇ ਜ਼ਿਆਦਾ ਕਾਮਯਾਬ ਹੋਏਗਾ ਜਾਂ ਡਾਕਟਰ ਦੇ ਤੌਰ ਤੇ ਜਿਹੜਾ ਦੂਜਾ ਬੱਚਾ ਹੈਗਾ ਉਹ ਜ਼ਿਆਦਾ ਕਾਮਯਾਬ ਹੋਏਗਾ ਇਹ ਪੇਂਟਰ ਦੇ ਤੌਰ ਤੇ ਜ਼ਿਆਦਾ ਕਾਮਯਾਬ ਹੋਏਗਾ ਵੱਡਾ ਪੇਂਟਰ ਬਣੇਗਾ ਕਿਉਂਕਿ ਇਹਦੀ ਦਿਲਚਸਪੀ ਹੈ ਉਹਦੇ ਵਿੱਚ ਜਿਸ ਕੰਮ ਦੇ ਵਿੱਚ ਕਿਸੇ ਦੀ ਦਿਲਚਸਪੀ ਹੋਵੇ ਉਹ ਕਰਨਾ ਚਾਹੀਦਾ ਹੈ ਜਿਸ ਕੰਮ ਦੇ ਵਿੱਚ ਕਿਸੇ ਦੀ ਦਿਲਚਸਪੀ ਹੋਵੇ ਉਹਨੂੰ ਛੁੱਟੀ ਕਰਨ ਦੀ ਲੋੜ ਨਹੀਂ ਪੈਂਦੀ ਹੈ ਛੁੱਟੀ ਲੈਣ ਦੀ ਲੋੜ ਨਹੀਂ ਪੈਂਦੀ ਹੈ ਬਾਹਰ ਨੇ ਲਾਉਣ ਦੀ ਲੋੜ ਨਹੀਂ ਪੈਂਦੀ ਹੈ ਉਸ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੈ ਕਿ ਤੂੰ ਕੁਝ ਕੰਮ ਕਰ ਉਹ ਆਪੇ ਹੀ ਕਰੇਗਾ ਕਿਉਂਕਿ ਉਹਦੀ ਉਹਦਾ ਦਿਲਚਸਪੀ ਹੈ ਸੋ ਇਸ ਤਰ੍ਹਾਂ ਜਿਸ ਦੇ ਵਿੱਚ ਉਹਦੀ ਦਿਲਚਸਪੀ ਹੋਵੇ ਇੱਕ ਬੱਚਾ ਸੀ ਉਹਨੂੰ ਜਦੋਂ ਖਡਾਉਣਾ ਲਿਆ ਕੇ ਦਿੰਦਾ ਸੀ ਫਾਦਰ ਉਸ ਖਡਾਉਣੇ ਸਾਰੇ ਨੂੰ ਖੋਲ ਲੈਂਦਾ ਸੀ ਖੋਲ ਕੇ ਫਿਰ ਉਸ ਨੂੰ ਉਹਵੇਂ ਜੋੜਦਾ ਸੀ ਤੇ ਜਦੋਂ ਖੋਲਦਾ ਸੀ ਤਾਂ ਨੋਟ ਕਰੀ ਜਾਂਦਾ ਸੀਗਾ ਵੀ ਮੈਂ ਇਹ ਇਹ ਤੋਂ ਖੋਲਿਆ ਇਹ ਤੋਂ ਖੋਲਿਆ ਉਹਨੂੰ ਜੋੜ ਲੈਂਦਾ ਸੀ ਹੁਣ ਉਹਦੇ ਵਿੱਚ ਇੰਜੀਨੀਅਰ ਬਣਨ ਦੀ ਕਪੈਸਿਟੀ ਸੀ ਫਾਦਰ ਜਿਹੜਾ ਸੀ ਉਹ ਇਸ ਗੱਲ ਨੂੰ ਸਮਝਦਾ ਸੀ ਉਹਦਾ ਫਾਦਰ ਪ੍ਰੋਫੈਸਰ ਸੀ ਉਹ ਉਸ ਨੂੰ ਬੜੇ ਕੰਪਲਿਕੇਟਿਡ ਖੜਾਉਣੇ ਲੈ ਕੇ ਦਿੰਦਾ ਸੀ ਤੇ ਉਹ ਇਵੇਂ ਕਰਦਾ 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 ਇੰਜੀਨੀਅਰ ਬਣ ਗਿਆ ਉਹ ਕਾਰਾਂ ਦਾ ਜਿਹੜਾ ਸੀਗਾ ਡਿਜ਼ਾਈਨਰ ਬਣ ਗਿਆ ਉਹ ਸੋ ਬੱਚੇ ਨੂੰ ਉਸ ਦੇ ਲੋੜ ਅਨੁਸਾਰ ਕਰਨ ਦਿਓ ਕੰਮ ਕਰਨ ਦਿਓ ਪਤੀ ਨੂੰ ਆਪਣੇ ਫੈਸਲੇ ਆਪ ਕਰਨ ਦਿਓ ਮਾਪੇ ਜਿਹੜੇ ਹਨ ਨਾ ਉਹਨਾਂ ਨੇ ਆਪਣੀ ਭੂਮਿਕਾ ਨਿਭਾ ਦਿੱਤੀ ਹੈ 25 ਸਾਲ ਤੋਂ ਬਾਅਦ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਕਹਿੰਦੇ ਹਨ ਇਵੇਂ ਕਰੋ ਉਹ ਕਰੋ ਉੱਥੇ ਜਾਓ ਇਵੇਂ ਕਰੋ ਉਹ ਉਸ ਨਾਲ ਬੇਇਨਸਾਫੀ ਕਰਦੇ ਹਨ ਉਹਨਾਂ ਦੀ ਆਪਣੀ ਜ਼ਿੰਦਗੀ ਹੈਗੀ ਹੈ ਮੈਨੂੰ ਜਦੋਂ ਕੋਈ ਮੇਰੇ ਬੱਚੇ ਜਿਹਨ ਮੈਨੂੰ ਕਦੇ ਸਲਾਹ ਦੇ ਲੋੜ ਪੈਂਦੇ ਤੇ ਮੈਂ ਉਹਨਾਂ ਨੂੰ ਕੰਸਲਟ ਕਰਨਾ ਕਿ ਮੈਂ ਇਹ ਕਰਨਾ ਚਾਹੁੰਦਾ ਮੈਂ ਕਿਵੇਂ ਕਰਾਂ ਉਹ ਦੱਸਦੇ ਹੈਗੇ ਜਦੋਂ ਉਹਨਾਂ ਨੂੰ ਕੋਈ ਸਵਾਲ ਕੋਈ ਕਹਿੰਦੇ ਆ ਤੇ ਮੈਨੂੰ ਪੁੱਛਦੇ ਆ ਮੈਂ ਉਹਨਾਂ ਨੂੰ ਕਹਿੰਦਾ ਤੂੰ ਕੀ ਸੋਚਦਾ ਹੈ ਇਸ ਬਾਰੇ ਤੂੰ ਕੀ ਸੋਚਦਾ ਹੈ ਦੇ ਹੁਣ ਸਪੋਜ਼ ਕਰੋ ਉਹਦਾ ਪਹਿਲਾ ਡਾਈਵੋਰਸ ਹੋ ਗਿਆ ਤੇ ਮੈਨੂੰ ਮੇਰਾ ਬੇਟਾ ਇੱਕ ਦਿਨ ਕਹਿੰਦਾ ਕਿ ਤੁਸੀਂ ਬੜੀ ਜ਼ਿੰਦਗੀ ਜਿਹੜੀ ਹੈ ਬੜੇ ਆਰਾਮ ਨਾਲ ਪਤੀ ਪਤਨੀ ਵੱਜੋਂ guzari ਹੈ ਤੇ ਮੇਰੇ ਜਿਹੜੇ ਪਤਨੀ ਹੈਗੀ ਐ ਉਹ ਹਰ ਰੋਜ਼ ਇਹ ਟਕੜਾ ਕੜਾ ਕਰ ਲੈਂਦੀ ਹੈਗੀ ਮੈਂ ਕੀ ਕਰਾਂ ਮੈਂ ਕਹਾਂ ਉਹਨੂੰ ਕਹਾਂ ਜਿਵੇਂ ਤੈਨੂੰ ਠੀਕ ਲੱਗਦਾ ਕਰੀ ਜਾ ਕੇ ਕਈ ਵਾਰੀ ਕੀ ਹੁੰਦਾ ਪਤਨੀ ਜਿਹੜੀ ਹੈ ਨਾ ਉਹ ਪਤੀ ਨੂੰ ਪੁੱਛਦੀ ਹੈ ਅੱਜ ਮੈਂ ਕਿਹੜੀ ਸਬਜ਼ੀ ਬਣਾਵਾਂ ਹੁਣ ਇਹ ਤਾਂ ਗੱਲ ਠੀਕ ਹੈ ਪਤੀ ਘਰ ਆ ਚੁੱਕਿਆ 1 ਵਜੇ ਆਇਆ ਉਹਨੇ ਖਾਣਾ ਖਾਣਾ ਹੈ ਇਹ 2 ਵਜੇ ਪਤਨੀ ਪਤੀ ਨੂੰ ਇਹ ਪੁੱਛਦੀ ਹੈ ਮੈਂ ਕਿਹੜੀ ਸਬਜ਼ੀ ਬਣਾਵਾਂ ਕਦੋਂ ਸਬਜ਼ੀ ਬਣਾਏਗੀ ਤੇ ਕਦੋਂ ਉਹ ਖਾਣਾ ਖਾਏਗਾ ਕਹਿਣ ਤੋਂ ਪਾਵੇਗਾ ਕਿ ਉਹਦੇ ਢੰਗ ਤਰੀਕੇ ਹੀ ਨਹੀਂ ਠੀਕ ਹੈਗੇ ਸੋ ਟਾਈਮ ਟੇਬਲ ਹੋਣਾ ਚਾਹੀਦਾ ਹੈ ਕੋਈ ਡਿਸਪਲਨ ਹੋਣਾ ਚਾਹੀਦਾ ਹੈ ਬੱਚਿਆਂ ਨੂੰ ਆਪਣਾ ਡਿਸਪਲਨ ਆਪ ਕਰਨ ਦਿਓ ਵੈਸੇ ਤਾਂ ਇਹ ਜਿਹੜਾ ਹੈ ਨਾ ਕਿ ਵਿਆਹ ਤੋਂ ਬਾਅਦ ਬੱਚਿਆਂ ਨੂੰ ਵੱਖ ਕਰ ਦੇਣਾ ਚਾਹੀਦਾ ਹੈ ਇਹ ਠੀਕ ਪਾਲਿਸੀ ਹੈ ਅੱਛਾ ਇਹਦੇ ਨਾਲ ਉਹ ਆਪਣੇ ਫੈਸਲੇ ਆਪ ਕਰਨ ਮੇਲ ਮਲਾਪ ਰੱਖੋ ਆਣ ਜਾਣ ਰੱਖੋ ਮਾਪਿਆਂ ਦਾ ਬੱਚਿਆਂ ਦੇ ਕੋਲ ਆਣਾ ਜਾਣਾ ਠੀਕ ਹੈ ਪਰੰਤੂ ਉਹਨਾਂ ਦੀ ਜ਼ਿੰਦਗੀ ਵਿੱਚ ਦਖਲ ਦੇਣਾ ਜੁਰਮ ਹੈ ਪਰ ਦੂਜੇ ਪਾਸੇ ਅਸੀਂ ਇਹ ਵੀ ਤਾਂ ਸੋਚਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ساری ਉਮਰ ਪਾਲਿਆ ਸੰਭਾਲਿਆ ਕਿ ਇੱਕ ਉਮਰ 'ਚ ਜਾ ਕੇ ਫਿਰ ਅਸੀਂ ਉਹਨਾਂ ਨੂੰ ਸੰਭਾਲਣਾ ਹੁੰਦਾ ਕਿਤੇ ਨਾ ਕਿਤੇ ਫਿਰ ਅਸੀਂ ਉਸ ਚੀਜ਼ ਨੂੰ ਤੋੜ ਨਹੀਂ ਰਹੇ ਕੇਵਲ ਇਸ ਕਰਕੇ ਕਿ ਬੱਚੇ ਸਾਨੂੰ ਸੰਭਾਲਣ ਬਿਮਾਰ ਨਹੀਂ ਪੈਣਾ ਚਾਹੀਦਾ ਹਾਂਜੀ ਹਰ ਬੰਦੇ ਨੇ ਅਖੀਰ ਤੇ ਸ਼ਮਸ਼ਾਨ ਘਾਟ ਪਹੁੰਚਣਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਾ ਕੇ ਪਹਿਲਾਂ ਹੀ ਬੈਠ ਜਾਈਏ ਉੱਥੇ ਜਦੋਂ ਉਹ ਟਾਈਮ ਆਏਗਾ ਉਹ ਤੁਹਾਡੀ ਦੇਖਭਾਲ ਕਰੇਗਾ ਹਾਂਜੀ ਕਈ ਜ਼ਿੰਮੇਵਾਰੀਆਂ ਹੁੰਦੀਆਂ ਜਿਹੜੀਆਂ ਉਹ ਨਿਭਾਈਆਂ ਜਾਂਦੀਆਂ ਨਿਭਾਉਣ ਵੇਲੇ ਜਦੋਂ ਉਹਨਾਂ ਨੇ ਨਿਭਾਉਣ ਦੀ ਲੋੜ ਪੈਂਦੀ ਹੈ ਉਹ ਨਿਭਾਈਆਂ ਜਾਂਦੀ ਹੈ ਇੱਕ ਪਿਓ ਪੁੱਤਰ ਸੀ ਪਿਓ ਤੇ ਪੁੱਤਰ ਦਾ ਹਮੇਸ਼ਾ ਟਕਰਾਅ ਰਹੇਗਾ ਇਹ ਯੂਨੀਵਰਸਲ ਹੈ ਕਿਉਂਕਿ ਪਿਓ ਵੀ ਮੇਲ ਹੈ ਦੇ ਪੁੱਤਰ ਵੀ ਮੇਲ ਹੈ ਮਾਂ ਤੇ ਧੀ ਦਾ ਵੀ ਟਕਰਾਅ ਰਹੇਗਾ ਮਤਲਬ ਉਹਨਾਂ ਦੀ ਸੋਚ ਬਕਰੀ ਹੋਏਗੀ ਜ਼ਮਾਨਾ ਮਤਲਬ ਉਮਰ ਦਾ ਫਰਕ ਹੈਗਾ ਵੀ 25 ਸਾਲ ਦੀ ਉਮਰ ਦਾ ਫਰਕ ਹੈ ਮਤਲਬ ਜਨਰੇਸ਼ਨ ਗੈਪ ਹੈਗਾ ਉਹਦੇ ਵਿੱਚ ਤੇ ਉਹ ਟਕਰਾਅ ਰਿਹਾ ਉਹਦਾ ਤੇ ਕਿਸੇ ਐਕਸਪਰਟ ਨੇ ਕਿਹਾ ਕਹਿੰਦਾ ਤੁਹਾਡੀ ਸਭ ਤੋਂ ਜ਼ਿਆਦਾ ਦੇਖਭਾਲ ਜਿਹੜਾ ਨਾ ਇਹ ਪੁੱਤਰ ਕਰੇਗਾ ਅੱਛਾ ਜੀ ਜਦੋਂ ਤੁਹਾਨੂੰ ਲੋੜ ਪਈ ਟਕਰਾਅ ਜਿਹੜਾ ਹੈ ਉਹ ਇੰਟੈਲੈਕਚੁਅਲ ਹੈ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਸੋਸ਼ਲ ਹੈ ਇਹ ਤੁਹਾਡੀ ਦੇਖਪਾਲ ਕਰੇਗਾ ਹੋਇਆ ਵੀ ਇਵੇਂ ਹਾਂਜੀ ਤੇ ਉਹ ਪੁੱਤਰ ਜਿਹੜਾ ਸੀਗਾ ਉਹ ਪਿਓ ਨੇ ਕਿਹਾ ਤੂੰ ਵਿਸ਼ਵ ਯਾਤਰਾ ਤੇ ਚੱਲਿਆ ਮੈਂ ਬਿਮਾਰ ਆ ਜੇ ਮੈਂ ਮਰ ਗਿਆ ਨਾ ਤੇ ਤੂੰ ਆਪਣੀ ਵਿਸ਼ਵ ਯਾਤਰਾ ਖਤਮ ਕਰਕੇ ਹੀ ਆਈਂ ਅੱਛਾ ਜੀ ਇਹ ਪਿਓ ਦੀ ਸੋਚ ਹੈ ਤੇ ਮਾਂ ਕਹਿੰਦੇ ਆ ਜੇ ਮੈਂ ਮਰ ਗਈ ਤਾਂ ਤੂੰ ਜਿੱਥੇ ਮਰਜ਼ੀ ਹੋਵੇ ਤੂੰ ਉਸੇ ਵੇਲੇ ਆਈ ਤੇ ਮੇਰਾ ਸੰਸਕਾਰ ਜਿਹੜਾ ਨਾ ਤੂੰ ਕਰੀ ਇਹ ਮਾਂ ਦੀ ਸੋਚ ਹੈ ਹਾਂਜੀ ਹੁਣ ਜੇਕਰ ਪੁੱਤਰ ਜਿਹੜਾ ਨਾ ਉਹ ਇਸ ਗੱਲ ਨੂੰ ਮੰਨ ਲਵੇ ਤਾਂ ਮਤਲਬ ਪਿਓ ਆਪ ਕਹਿ ਰਹੇ ਹੈ ਕਿ ਵਿਸ਼ਵ ਯਾਤਰਾ ਕਾਮਯਾਬ ਮੁਕੰਮਲ ਕਰਕੇ ਆਈ ਮੇਰੀ ਮਦਰ ਦੀ ਡੈਥ ਹੋ ਗਈ ਜਦੋਂ ਡੈਥ ਹੋ ਗਈ ਤਾਂ ਉਹਨਾਂ ਦੇ ਫੋਲਪ ਆਉਣੇ ਸੀਗੇ ਤੇ ਮੈਂ ਤਾਂ ਇਸ ਗੱਲ ਦਾ ਕਿਸੇ ਵੀ ਵਹਿੰਦੇ ਪਾਣੀ ਦੇ ਵਿੱਚ ਪਾ ਦੇਣਾ ਚਾਹੀਦਾ ਹਾਂ ਮੈਂ ਤਾਂ ਆਪਣੇ ਬੱਚਿਆਂ ਨੂੰ ਕਿਹਾ ਹੋਇਆ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਕੋਈ ਵਹਿੰਦਾ ਪਾਣੀ ਹੈਗਾ ਉਹਦੇ ਵਿੱਚ ਪਾ ਦਿਓ ਤੇ ਮੈਂ ਫਾਦਰ ਨੂੰ ਪੁੱਛ ਲਿਆ ਬਈ ਇਹ ਪਾਖੜਾ ਨਹਿਰ ਦੇ ਵਿੱਚ ਪਾ ਦੀਆਂ ਜਾਂ ਕੀਰਤਪੁਰ ਪਾ ਕੇ ਆਵਾਂ ਮੇਰੇ ਫਾਦਰ ਨੇ ਕਿਹਾ ਵੀ ਨਹੀਂ ਕੀਰਤਪੁਰ ਪਾ ਕੇ ਆਉਣੇ ਅੱਛਾ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਪਾਖੜਾ ਨਹਿਰ ਚ ਹੀ ਪਾਏ ਜਾਂਦੇ ਹੈ ਪਰ ਕਿਉਂਕਿ ਮੈਂ ਉਹਨਾਂ ਨੂੰ ਪੁੱਛ ਲਿਆ ਸੀ ਇਸ ਕਰਕੇ ਮੈਂ ਉਹਨਾਂ ਦੀ ਇਸ ਇੱਛਾ ਨੂੰ ਪੂਰਾ ਕੀਤਾ ਮੈਂ ਕਿਰਤ ਪੂਰੀ ਪਾ ਕੇ ਆਇਆ ਹਾਂ ਪਰੰਤੂ ਆਪਣੇ ਪਿਤਾ ਦੇ ਫੋਲੋ ਜਿਨਸੀ ਮੈਂ ਪਾਖੜਾ ਦੇ ਵਿੱਚ ਪਾਏ ਕਿਉਂਕਿ ਉਹਨਾਂ ਵਾਲੇ ਮੈਨੂੰ ਪੁੱਛਣ ਦੀ ਲੋੜ ਨਹੀਂ ਸੀ ਹਾਂਜੀ ਸੋ ਮਾਪਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਰੰਤੂ ਇਸ ਗੱਲ ਨੂੰ ਝਗੜੇ ਦੀ ਜੜ ਬਣਾ ਲੈਣਾ ਗਲਤ ਹੈ ਬੱਚੇ ਹਮੇਸ਼ਾ ਧਿਆਨ ਰੱਖਣਗੇ ਮੇਰੇ ਬੱਚੇ ਬਾਹਰ ਹਨ ਤਾਂ ਕਿ ਹੋ ਗਿਆ ਮਤਲਬ ਇਸ ਕਰਕੇ ਮੇਰੇ ਕੋਲ ਰਹੀ ਜਾਣ ਕਿਉਂਕਿ ਸਾਡੇ ਉਮਰ ਜਿਹੜੀ ਆ ਉਹ ਵੱਧ ਰਹੀ ਹੈ ਨਹੀਂ ਇਹ ਬਿਲਕੁਲ ਗਲਤ ਹੈ ਕਿ ਸਾਨੂੰ ਇਸ ਗੱਲ ਦੀ ਜ਼ਿੰਮੇਵਾਰੀ ਆਪ ਸੰਭਾਲਣੇ ਚਾਹੀਦੀ ਹੈ ਜੇਕਰ ਇਸ ਸੰਭਾਲਣੇ ਚਾਹੀਦੀ ਹੈ ਹੋਰ ਬਹੁਤ ਸਾਰੇ ਲੋਕਾਂ ਦੀ ਹੈਲਪ ਅਵੇਲੇਬਲ ਹੈਗੀ ਹੈ ਬਹੁਤ ਸਾਰੇ ਲੋਕ ਹਨ ਜਿਹੜੇ ਤੁਹਾਡੀ ਸੇਵਾ ਕਰਨ ਵਾਸਤੇ ਹਨ ਉਹਨਾਂ ਦੀ ਸੇਵਾਵਾਂ ਲੈਣੀਆਂ ਚਾਹੀਦੀਆਂ ਤੇ ਬੱਚੇ ਜਿਹੜੇ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਜੀਉਣ ਦੇਣਾ ਚਾਹੀਦਾ ਜੇਕਰ ਇਵੇਂ ਕਰੋਗੇ ਤਾਂ ਉਹ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਤੁਹਾਡੇ ਪ੍ਰਤੀ ਜਿਹੜੀ ਜ਼ਿੰਮੇਵਾਰੀ ਹੈ ਉਸ ਨੂੰ ਵੀ ਉਹ ਨਿਭਾਉਣਗੇ ਚੰਗੀ ਤਰ੍ਹਾਂ ਨਿਭਾਉਣਗੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਜਿਵੇਂ ਤੁਸੀਂ ਲਿਖਿਆ ਹੋਇਆ ਕਿ ਜਿਹੜੇ ਬੱਚੇ ਜਦੋਂ ਤੱਕ ਖਾਸ ਕਰਕੇ ਮੁੰਡਾ ਹਨ ਉਹ ਜੇਬ ਖਰਚ ਆਪਣੇ ਮਾਪਿਓ ਤੋਂ ਮੰਗਦਾ ਹੈ ਉਦੋਂ ਤੱਕ ਉਹਦਾ ਵਿਆਹ ਨਹੀਂ ਕਰਨਾ ਚਾਹੀਦਾ ਇਹ ਤੁਸੀਂ ਸੋਚਦੇ ਹੋ ਹਨ ਹੁਣ ਹੁਣ ਸਾਰੇ ਲੋਕ ਕੀ ਹੋਈ ਐਦਾਂ ਸੋਚਦੇ ਆ ਕਿ ਜਦੋਂ ਤੱਕ ਤੁਸੀਂ ਕਮਾਉਣ ਨਹੀਂ ਲੱਗ ਜਾਂਦੇ ਤੁਹਾਨੂੰ ਜ਼ਿੰਦਗੀ ਚ ਬੱਚੇ ਵੀ ਇਹੀ ਸੋਚਦੇ ਆ ਕਿ ਅਸੀਂ ਸੈੱਟ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਵਿਆਹ ਨਹੀਂ ਕਰਾਉਣਾ ਕੁੜੀਆਂ ਲਈ ਤੁਸੀਂ ਕੀ ਸੋਚਦੇ ਹੋ ਹਾਲੇ ਤੱਕ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕੁੜੀਆਂ ਨੂੰ ਸਿਰਫ ਪੜਾਉਂਦੇ ਲਿਖਾਉਂਦੇ ਇਸ ਲਈ ਨਹੀਂ ਕਿ ਉਹਨਾਂ ਦਾ ਉਹਨਾਂ ਨੂੰ ਚੰਗਾ ਰਿਸ਼ਤਾ ਮਿਲ ਜਾਵੇ ਉਹਨਾਂ ਨੂੰ ਇਸ ਲਈ ਨਹੀਂ ਪੜਾਉਂਦੇ ਲਿਖਾਉਂਦੇ ਕਿ ਉਹ ਆਰਥਿਕ ਤੌਰ ਤੇ ਵੀ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਕਿ ਕੁੜੀਆਂ ਲਈ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਤੁਹਾਡੇ ਨਜ਼ਰ ਚ ਡਿਪੈਂਡ ਕਰਦਾ ਕੀ ਪੜਾ ਰਹੇ ਹੋ ਜੇ ਤੁਸੀਂ ਉਸ ਨੂੰ ਮੈਡੀਕਲ ਕੋਰਸ ਕਰਵਾਇਆ ਤੇ ਉਸ ਨੇ ਉਹ ਮੈਡੀਕਲ ਕੋਰਸ ਪੂਰਾ ਕਰ ਲਿਆ ਉਹ ਡਾਕਟਰ ਬਣ ਗਈ ਹੈ ਤੇ ਫਿਰ ਤੁਸੀਂ ਇਨਸਿਸਟ ਕਰੋ ਜਾਂ ਸਹੁਰੇ ਇਨਸਿਸਟ ਕਰਨ ਕਿ ਅਸੀਂ ਇਹ ਤਾਂ ਨੌਕਰੀ ਨਹੀਂ ਕਰਵਾਣੀ ਇਹ ਜ਼ਿਆਤੀ ਹੈ ਨੌਕਰੀ ਜਿਹੜੀ ਹੈਗੀ ਉਹ ਪੈਸਿਆਂ ਵਾਸਤੇ ਨਹੀਂ ਹੁੰਦੀ ਹੈਗੀ ਨੌਕਰੀ ਜਿਹੜੀ ਹੈ ਐਕਸਪੀਰੀਅੰਸ ਵਾਸਤੇ ਵੀ ਹੁੰਦੀ ਹੈ ਤੁਸੀਂ ਕਿੰਨਾ ਕੁਝ ਸਿੱਖਦੇ ਹੋ ਕਿੰਨੇ ਲੋਕਾਂ ਦੇ ਸੰਪਰਕ ਵਿੱਚ ਆਉਨੇ ਆ ਤੁਹਾਡੀ ਰੈਪਿਊਟੇਸ਼ਨ ਬਿਲਡ ਹੁੰਦੀ ਹੈ ਉਹ ਰੈਪਿਊਟੇਸ਼ਨ ਜਿਹੜੀ ਹੈ ਉਹ ਇੱਕ ਹਾਊਸ ਵਾਈਫ ਜਿਹੜੀ ਹੈ ਉਹ ਤਾਂ ਗ੍ਰੈਜੂਏਟ ਵੀ ਜਿਹੜੀ ਹੈਗੀ ਹੈ ਉਹ ਵੀ ਬੜੀ ਚੰਗੀ ਹਾਊਸ ਵਾਈਫ ਬਲਕਿ ਉਹ ਜਾਦੇ ਚੰਗੀ ਹਾਊਸ ਵਾਈਫ ਸਾਬਤ ਹੋਏਗੀ ਬਜਾਏ ਦੇ ਕਿ ਹਾਈਲੀ ਕੁਆਲੀਫਾਈਡ ਕੋਈ ਲੇਡੀ ਹੋਵੇ ਜਾਂ ਲੜਕੀ ਹੋਵੇ ਉਸ ਨੂੰ ਤੁਸੀਂ ਕੇਵਲ ਹਾਊਸ ਵਾਈਫ ਬਣਾ ਲਵੋ ਸੋ ਮੈਂ ਤਾਂ ਇਸ ਗੱਲ ਦੇ ਹੱਕ 'ਚ ਆ ਕਿ ਲੜਕੀ ਜਿਹੜੀ ਹੈ ਜੇਕਰ ਉਹ ਕੁਆਲੀਫਾਈਡ ਹੈ ਹਾਈਲੀ ਕੁਆਲੀਫਾਈਡ ਹੈ ਉਹ ਜੌਬ ਤੇ ਲੱਖ ਰੱਖਦੀ ਹੈ ਉਸ ਨੂੰ ਜੌਬ ਕਰਨੀ ਚਾਹੀਦੀ ਹੈ ਜੌਬ ਕਰਨ ਦੇ ਫਾਇਦੇ ਦੇਖੋ ਕੀ ਹੈਗੇ ਉਹ ਅਪ ਟੂ ਡੇਟ ਰਹੇਗੀ ਸਿਹਤ ਦੇ ਪੱਖੋਂ ਠੀਕ ਰਹੇਗੀ ਜਿਹੜੀਆਂ ਹਾਊਸ ਵਾਈਫਸ ਹੁੰਦੀਆਂ ਨਾ ਉਹ ਭਾਵੇਂ ਉਹਨਾਂ ਕੋਲ ਕਿੰਨਾ ਹੀ ਪੈਸਾ ਹੋਵੇ ਉਹਨਾਂ ਕੋਲ ਕੱਪੜੇ ਤਾਂ ਸੋਹਣੇ ਹੋਣਗੇ ਕੱਪੜੇ ਮਹਿੰਗੇ ਹੋਣਗੇ ਪਰੰਤੂ ਜਦੋਂ ਉਹ ਪਾਉਣਗੀਆਂ ਕਿਉਂਕਿ ਉਹਨਾਂ ਨੇ ਹਰ ਰੋਜ਼ ਕਿਤੇ ਜਾਣਾ ਨਹੀਂ ਹੈ ਕਿਸੇ ਨੂੰ ਕਿਸੇ ਫੰਕਸ਼ਨ ਤੇ ਬਹੁਤਾ ਜਾਣਾ ਨਹੀਂ ਹੈ ਕਦੇ-ਕਦੇ ਹੀ ਜਾਣਾ ਹੈਗਾ ਕਦੇ-ਕਦੇ ਉਹਨਾਂ ਨੇ ਕੱਪੜੇ ਪਾਉਣੇ ਉਹ ਕੱਪੜੇ ਜੱਛਲੇ ਨਹੀਂ ਉਹਨਾਂ ਨੂੰ ਕਿਉਂਕਿ ਉਹ ਕੱਪੜੇ ਪਹਿਨਦੇ ਰਹੋ ਨਾ ਤੇ ਉਹ ਰੈਲੇਵੈਂਟ ਰਹਿੰਦੇ ਆ ਉਹਨਾਂ ਦਾ ਢੰਗ ਤਰੀਕਾ ਜਿਹੜਾ ਠੀਕ ਰਹਿੰਦਾ ਹੈਗਾ ਮੈਂ ਪਰਸਨਲੀ ਇਸ ਗੱਲ ਦੇ ਹੱਕ 'ਚ ਆ ਕਿ ਲੜਕੀਆਂ ਜੇਕਰ ਹਾਈਲੀ ਕੁਆਲੀਫਾਈਡ ਹੋਣ ਤੇ ਜੇਕਰ ਉਹ ਜੌਬ ਕਰਨੀ ਚਾਹੁੰਦੀਆਂ ਹੋਣ ਉਹਨਾਂ ਨੂੰ ਕਰਨੀ ਚਾਹੀਦੀ ਹੈਗੀ ਇਹ ਮੇਰੀ ਆਪਣੀ ਬੇਟੀ ਦੀ ਜਿਹੜਾ ਇੰਗੇਜਮੈਂਟ ਸੀ ਤਾਂ ਅਸੀਂ ਉਹਨਾਂ ਨੂੰ ਕਲੀਅਰ ਕਰ ਦਿੱਤਾ ਸੀਗਾ ਵੀ ਇਹ ਜੌਬ ਕਰੇਗੀ ਤੇ ਜੌਬ ਤੋਂ ਇਹ ਇਸ ਦੀ ਮਰਜ਼ੀ ਹੈ ਫੈਸਲਾ ਇਹਨੇ ਕਰਨਾ ਹੈਗਾ ਮਤਲਬ ਤੁਹਾਡਾ ਕਹਿਣਾ ਵਾਜਬ ਨਹੀਂ ਹੋਏਗਾ ਤੁਸੀਂ ਕਹੋਗੇ ਜੌਬ ਛੱਡ ਦੇਵੇ ਉਹਨਾਂ ਨੂੰ ਜੌਬ ਕਰਨੀ ਚਾਹੀਦੀ ਹੈ ਤੇ ਇੱਕ ਪਤੀ ਪਤਨੀ ਦਾ ਤਾਲਮੇਲ ਕਿਵੇਂ ਦਾ ਹੋਣਾ ਚਾਹੀਦਾ ਹੁਣ ਆਪਾਂ ਦੇਖਦੇ ਹਾਂ ਕਿ ਐਕਸਟਰਾ ਮੈਰਿਟਲ ਅਫੇਅਰ ਨੇ ਹਨ ਜਿਹੜੇ ਉਹ ਇੱਕ ਲੋਕਾਂ ਨੇ ਆਮ ਜੀ ਚੀਜ਼ ਹੋ ਗਈ ਲੋਕਾਂ ਦੀ ਜ਼ਿੰਦਗੀ 'ਚ ਹਨ ਤੇ ਬਹੁਤ ਸਾਰੇ ਰੀਜ਼ਨਸ ਹੁੰਦੇ ਨੇ ਜਿਹੜੇ ਜੈਨੂਇਨ ਵੀ ਨਹੀਂ ਹੁੰਦੇ ਜਿਨ੍ਹਾਂ ਦੀ ਕੋਈ ਤੁੱਕ ਵੀ ਨਹੀਂ ਬਣਦੀ ਲੋਕ ਐਦਾਂ ਦੇ ਰੀਜ਼ਨਸ ਦਿੰਦੇ ਨੇ ਆਪਣੀਆਂ ਇਹਨਾਂ ਗਲਤੀਆਂ ਦੇ ਹਨ ਤੇ ਇੱਕ ਪਤੀ ਪਤਨੀ ਦਾ ਰਿਸ਼ਤਾ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਬੇਟੇ ਨੇ ਤੁਹਾਡੇ ਤੋਂ ਸਲਾਹ ਲਈ ਕਿ ਤੁਸੀਂ 40 ਸਾਲ ਤੋਂ ਵੀ ਜ਼ਿਆਦਾ ਦਾ ਅਰਸਾ ਇਕੱਠਿਆਂ ਬਿਤਾ ਲਿਆ ਹਨ ਤਾਂ ਜ਼ਰੂਰ ਇਹਦੇ 'ਚ ਬਹੁਤ ਸਾਰੇ ਕੰਪਰੋਮਾਈਜ਼ਸ ਵੀ ਹੋਣਗੇ ਤੁਸੀਂ ਬਹੁਤ ਜਗ੍ਹਾ ਤੇ ਇੱਕ ਦੂਜੇ ਨਾਲ ਤਾਲਮੇਲ ਵੀ ਬਿਠਾਇਆ ਹੋਊਗਾ ਕਈ ਵਾਰੀ ਅਸੀਂ ਇੱਕ ਦੂਜੇ ਦੀਆਂ ਉਹ ਚੁਆਇਸਿਸ ਨੂੰ ਵੀ ਪਸੰਦ ਕਰਦੇ ਹਾਂ ਜਿਹੜੀਆਂ ਸਾਨੂੰ ਨਹੀਂ ਪਸੰਦ ਹੁੰਦੀਆਂ ਹਸਬੈਂਡ ਵਾਈਫ ਦਾ ਰਿਲੇਸ਼ਨ ਖਾਸ ਕਰਕੇ ਅੱਜ ਦੇ ਟਾਈਮ 'ਚ ਇੰਨਾ ਜ਼ਿਆਦਾ ਵਿਗੜਦਾ ਇਹਨੂੰ ਕਿਵੇਂ ਆਪਾਂ ਸਹੀ ਕਰ ਸਕਦੇ ਹਾਂ ਪਹਿਲਾਂ ਐਵੇਂ ਹੁੰਦਾ ਸੀ ਕਿ ਇਸਤਰੀ ਪੁਰਸ਼ ਨੂੰ ਇੱਕ ਦੂਜੇ ਦਾ ਵਿਆਹ ਤੋਂ ਮਗਰੋਂ ਹੀ ਪਤਾ ਲੱਗਦਾ ਸੀ ਤੇ ਲਗਭਗ 5 ਸਾਲ ਲੱਗ ਜਾਂਦੇ ਸੀਗੇ ਇੱਕ ਦੂਜੇ ਨੂੰ ਸਮਝਣ ਵਾਸਤੇ ਔਰ ਇੱਕ ਦੂਜੇ ਨੂੰ ਉਵੇਂ ਡਿਸਕਵਰ ਕਰਦੇ ਸੇ ਜਿਵੇਂ ਕੋਲੰਬਸ ਨੇ ਅਮਰੀਕਾ ਡਿਸਕਵਰ ਕੀਤਾ ਸੀ ਟਾਈਮ ਲੱਗਦਾ ਹੈਗਾ ਹੁਣ ਕੀ ਹੁੰਦਾ ਹੈਗਾ ਕਿ ਉਹਨਾਂ ਨੇ ਇੱਕ ਦੂਜੇ ਨੂੰ ਇਸ ਤਰੀਪ ਪੁਰਸ਼ ਨੇ ਲੜਕੇ ਲੜਕੀ ਨੇ ਹੋਰ ਦੇ ਸੰਬੰਧ ਵਿੱਚ ਇੱਕ ਦੂਜੇ ਨੂੰ ਜਾਣਿਆ ਹੁੰਦਾ ਆਪਣੀ ਪਤੀ ਪਤਨੀ ਉਹ ਨਹੀਂ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਹੁਣ ਜੇਕਰ 5 ਸਾਲ ਕਿਸੇ ਦਾ ਪਿਆਰ ਰਿਹਾ ਹੈ ਤੇ ਉਹ પતિ ਪਤਨੀ ਬਣ ਜਾਂਦੇ ਹਨ ਤਾਂ ਇੱਕ ਹਫਤੇ ਮਗਰੋਂ ਉਹਨਾਂ ਦਾ ਰਿਸ਼ਤਾ ਇੱਕ ਹਫਤਾ ਉਹਨਾਂ ਦਾ ਵਿਆਹ ਇੱਕ ਹਫਤਾ ਪੁਰਾਣਾ ਨਹੀਂ ਹੋਏਗਾ ਉਹਨਾਂ ਦਾ ਵਿਆਹ 5 ਸਾਲ ਇੱਕ ਹਫਤਾ ਪੁਰਾਣਾ ਹੋਏਗਾ ਹੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਨਹੀਂ ਹੋਏਗਾ ਅੱਛਾ ਨਵਾਂ ਰਹੇਗਾ ਨਹੀਂ ਹੂੰ ਇਸ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ ਹੁੰਦਾ ਜੇਕਰ ਤਾਂ ਉਹਨਾਂ ਦੇ ਕੋਲ ਇਤਨੇ ਰੁਝੇਵੇਂ ਹਨ 5 ਕਿਸਾਲ ਜਿਹੜਾ ਨਾ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਹੈ ਬੜਾ ਚੰਗਾ ਨਿਭਦਾ ਹੈ ਇਹਨਾਂ 5 ਸਾਲਾਂ ਦੇ ਵਿੱਚ ਐਕਸਟਰਾ ਮੈਰਿਟਲ ਰਿਲੇਸ਼ਨਸ ਨਹੀਂ ਪੈਦਾ ਹੁੰਦੇ ਉਸ ਤੋਂ ਬਾਅਦ ਜਿਹੜਾ ਨਾ ਰਿਸ਼ਤਾ ਮਕੈਨੀਕਲ ਹੋ ਜਾਂਦਾ ਹੈ ਉਹਦੇ ਵਿੱਚ ਦਿਲਚਸਪੀ ਖਤਮ ਹੋ ਜਾਂਦੀ ਹੈ ਪਰੰਤੂ ਹੋਰ ਦਿਲਚਸਪੀ ਹੋਰ-ਹੋਰ ਕਾਰਨਾ ਕਰਕੇ ਬਣੀ ਰਹਿੰਦੀ ਹੈ ਬੱਚੇ ਹੋ ਜਾਂਦੇ ਹਨ ਬੱਚਿਆਂ ਦੀ ਪਰਵਰਿਸ਼ ਜਿਹੜੀ ਹੈਗੀ ਹੈ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈਗੀ ਹੈ ਮੈਂ ਤਾਂ ਇਹ ਕਹਿੰਦਾ ਹੈਗਾ ਕਿ ਜਦੋਂ ਕੋਈ ਲੜਕੀ ਮਾਂ ਬਣ ਜਾਂਦੀ ਹੈ ਤਾਂ ਉਸਦੀ ਫਸਟ ਜਿਹੜੀ ਪ੍ਰਾਇੋਰਟੀ ਹੈ ਜ਼ਿੰਦਗੀ ਦੇ ਵਿੱਚ ਉਹ ਬੱਚੇ ਹੋ ਜਾਂਦੇ ਹੈਗੇ ਤੇ ਉਹ ਪਤੀ ਨੂੰ ਵੀ ਉਹਨਾਂ ਬੱਚਿਆਂ ਦੇ ਸੰਦਰਭ ਵਿੱਚ ਵੇਖਦੀ ਹੈ ਜੇਕਰ ਪਤੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ دلچਸਪੀ ਲਵੇ ਤਾਂ ਇਸ ਵਰਗੀ ਮੌਜ ਕੋਈ ਨਹੀਂ ਹੈਗੀ ਉਹ ਘਰ ਆਵੇ ਮੈਨੂੰ ਮੈਂ ਇਹ ਗੱਲ ਕਹਿ ਸਕਦਾ ਹੈਗਾ ਕਿ ਬੱਚਿਆਂ ਦੀ ਪੜ੍ਹਾਈ ਕਰਾਉਣੀ ਤੇ ਪਿਤਾ ਨੂੰ ਉਸ ਦੇ ਵਿੱਚ ਜ਼ਿੰਮੇਵਾਰੀ ਨਿਭਾਉਣੀ ਬੜੀ ਵੱਡੀ ਜਿਹਨੂੰ ਕਹਿੰਦੇ ਨੇ ਅਪਰਚੂਨਿਟੀ ਹੈਗੀ ਆ ਜੇਕਰ ਤੁਸੀਂ ਇਸ ਨੂੰ ਮਾਣੋ ਤਾਂ ਤੁਹਾਡਾ ਪਤਨੀ ਦੇ ਨਾਲ ਰਿਲੇਸ਼ਨਸ਼ਿਪ ਜਾਂ ਔਰਤ ਦਾ ਪਤੀ ਦੇ ਨਾਲ ਰਿਲੇਸ਼ਨਸ਼ਿਪ ਵੀ ਬਣਿਆ ਰਹੇਗਾ ਬੜਾ ਦਿਲਚਸਪ ਬਣਿਆ ਰਹੇਗਾ ਉਹਦੇ ਵਿੱਚ ਦਿਲਚਸਪੀ ਉਹਨਾਂ ਦੀ ਬਣੀ ਰਹੇਗੀ ਜੇ ਤੁਸੀਂ ਦੋਵੇਂ ਜੌਬ ਕਰਦੇ ਆਂ ਤੇ ਚੰਗਾ ਜੌਬ ਚੰਗੀ ਜੌਬ ਹੈਗੀ ਆ ਉਹਦੇ ਵਿੱਚ ਵੀ ਦਿਲਚਸਪੀ ਬਣੀ ਰਹੇਗੀ ਕਹਿਣ ਤੋਂ ਭਾਵ ਹੈ ਕੇਵਲ ਸੈਕਸ ਉੱਤੇ ਕੋਈ ਰਿਲੇਸ਼ਨਸ਼ਿਪ ਬਹੁਤਾ ਚਿਰ ਨਹੀਂ ਚੱਲਦਾ ਹੈ ਔਰ ਹੋਰ ਜਿਹੜੀਆਂ ਪ੍ਰਾਇਓਰਿਟੀਆਂ ਹੋਰ ਹੋਰ ਜ਼ਿੰਮੇਵਾਰੀਆਂ ਹੋਰ ਹੋਰ ਦਿਲਚਸਪੀਆਂ ਜਿਹੜੀਆਂ ਨਾ ਉਹ ਪੈਦਾ ਹੁੰਦੀਆਂ ਰਹਿੰਨ ਤਾਂ ਉਸ ਦੇ ਨਾਲ ਰਿਸ਼ਤਾ ਜਿਹੜਾ ਹੈ ਉਹ ਨਿਭਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਸੋ ਇਸ ਢੰਗ ਦੇ ਨਾਲ ਜੇਕਰ ਪਤੀ ਪਤਨੀ ਇੱਕ ਦੂਜੇ ਵਿੱਚ ਦਿਲਚਸਪੀ ਲੈਣ ਆਪਣੀ ਜ਼ਿੰਦਗੀ ਵਿੱਚ ਨਵੇਂ ਰੁਝੇਵੇਂ ਪੈਦਾ ਕਰਨ ਤਾਂ ਉਸ ਦੇ ਨਾਲ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਹੁੰਦੀ ਐਕਸਟਰਾ ਮੈਰੀਟਲ ਰਿਲੇਸ਼ਨਸ਼ਿਪ ਇਹਦਾ ਇੱਕ ਮਿਸਾਲ ਹੈ ਔਰ ਸ਼ਰਾਬ ਪੀਣ ਲੱਗ ਜਾਣਾ ਇਹ ਦੂਜੀ ਮਿਸਾਲ ਹੈ ਮਤਲਬ ਉਸ ਦੇ ਸ਼ਰਾਬ ਨਾਲ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪ ਪੈਦਾ ਹੋ ਜਾਂਦੇ ਜਿਹੜਾ ਬੰਦਾ ਸ਼ਰਾਬ ਪੀਣ ਲੱਗ ਜਾਏਗਾ ਉਹ ਆਪਣੀ ਪਤਨੀ ਨੂੰ ਜਿਹੜਾ ਹੈ ਨੈਗਲੈਕਟ ਕਰੇਗਾ ਉਹ ਘਰ ਨੂੰ ਵੀ ਨੈਗਲੈਕਟ ਕਰੇਗਾ ਉਹ ਆਪਣੇ ਬੱਚਿਆਂ ਨੂੰ ਵੀ ਨੈਗਲੈਕਟ ਕਰੇਗਾ ਉਹ ਆਪਣੇ ਮਾਪਿਆਂ ਨੂੰ ਵੀ ਨੈਗਲੈਕਟ ਕਰੇਗਾ ਉਹ ਸਭ ਕੁਝ ਨੂੰ ਨੈਗਲੈਕਟ ਕਰੇਗਾ ਉਹ ਇਤਨਾ ਸਵਾਰਥੀ ਹੋ ਜਾਂਦਾ ਹੈਗਾ ਕਿ ਉਹ ਕੇਵਲ ਆਪਣੇ ਨਸ਼ੇ ਪ੍ਰਤੀ ਵਫਾਦਾਰ ਰਹਿੰਦਾ ਹੈਗਾ ਸੋ ਉਸ ਦਾ ਵਿਗਾਰ ਪੈਦਾ ਹੀ ਹੋਣਾ ਹੈ ਹੋਣਾ ਹੀ ਹੋਣਾ ਹੈ ਗੱਲ ਸੋ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜੀਉਣ ਦਾ ਢੰਗ ਹੈ ਜੇਕਰ ਤੁਸੀਂ ਉਸ ਨੂੰ ਅਪਣਾਓਗੇ ਤਾਂ ਉਸ ਵਰਗੀ ਕੋਈ ਮੌਜ ਨਹੀਂ ਹੈਗੀ ਹੈ ਹਾਂ ਵੈਸੇ ਤਾਂ ਮਤਲਬ ਆਪਾਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਨੇ ਕਿ ਸਾਰੀਆਂ ਗੱਲਾਂ ਕਰੀਏ ਹਨਾ ਪਰ ਟਾਈਮ ਦੇ ਹਿਸਾਬ ਨਾਲ ਮੈਨੂੰ ਲੱਗਦਾ ਹੈ ਕਿ ਆਪਾਂ ਬਹੁਤ ਘੱਟ ਗੱਲਬਾਤ ਇਸ ਵਿਸ਼ੇ ਤੇ ਕਿਉਂਕਿ ਇਹ ਵਿਸ਼ਾ ਬਹੁਤ ਜ਼ਿਆਦਾ ਵੱਡਾ ਹੈ ਹਨਾ ਪਰ ਫਿਰ ਵੀ ਤੁਸੀਂ ਹਮੇਸ਼ਾ ਬਹੁਤ ਚੰਗੀਆਂ ਗੱਲਾਂ ਦੱਸਦੇ ਹੋ ਇੱਕ ਤਾਂ ਪਰਿਵਾਰ ਛੋਟੇ ਹੋ ਗਏ ਹਨ ਇਸ ਕਰਕੇ ਛੋਟੇ ਪਰਿਵਾਰਾਂ ਤੇ ਹੋਰ ਫਾਰਮੂਲੇ ਲਾਗੂ ਹੋਣਗੇ ਵੱਡੇ ਪਰਿਵਾਰਾਂ ਤੇ ਹੋਰ ਫਾਰਮੂਲੇ ਲਾਗੂ ਹੁੰਦੇ ਹੈਗੇ ਪੇਰੈਂਟਸ ਜਿਹੜੇ ਹਨ ਉਹ ਇੱਕ ਦੋ ਬੱਚਿਆਂ ਕਰਕੇ ਡਰੇ ਹੋਏ ਹਨ ਹਾਂਜੀ ਉਹ ਉਹਨਾਂ ਨੂੰ ਜ਼ਿੰਮੇਵਾਰੀਆਂ ਹੀ ਨਹੀਂ ਪਾਉਂਦੇ ਹੈਗੇ ਮਾਂ ਜਿਹੜੇ ਹੈਗੇ ਆ ਉਹ ਤੇਨੂੰ ਕੁਝ ਸਿੱਖਣੇ ਨਹੀਂ ਦਿੰਦੀ ਸਾਰਾ ਕੁਝ ਆਪ ਹੀ ਕਰੀ ਜਾਂਦੀ ਹੈ ਪਿਤਾ ਜਿਹੜਾ ਹੈਗਾ ਉਸ ਦੇ ਜਨਮ ਦਿਨ ਤੇ ਉਹਨਾਂ ਨੂੰ ਉਹਨੂੰ ਵੱਡਾ ਮੋਟਰਸਾਈਕਲ ਲੈ ਦਿੰਦੇ ਆ ਉਹਦੇ ਅਗਲੇ ਜਨਮ ਦਿਨ ਤੇ ਉਹਨੂੰ ਕਾਰ ਲੈ ਦਿੰਦੇ ਆ ਕਹਿਣ ਤੋਂ ਭਾਵੇਂਗੇ ਕਿ ਉਹਨਾਂ ਨੂੰ ਕੁਝ ਸਿੱਖਣੇ ਨਹੀਂ ਦਿੰਦੇ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਹੀ ਨਹੀਂ ਕਰਨ ਦਿੰਦੇ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਗੇ ਤਾਂ ਉਹ ਸਿਆਣੇ ਨਹੀਂ ਹੋਣਗੇ ਇਵੇਂ ਇੱਕ ਲੜਕੇ ਨੇ ਆਪਣੀ ਮਾਂ ਨੂੰ ਫੋਨ ਕੀਤਾ ਮੰਮੀ ਮੈਂ ਸੀਮਾ ਨੂੰ ਇਹ ਕਿਹਾ ਸੀ ਤੇ ਸੀਮਾ ਨੇ ਮੈਨੂੰ ਇਹ ਜਵਾਬ ਦਿੱਤਾ ਹੁਣ ਮੈਂ ਉਹਨੂੰ ਕੀ ਕਹਾਂ ਹਾਂਜੀ ਮਤਲਬ ਕਿ ਪੁੱਤਰ ਨੂੰ ਟ੍ਰੇਨਿੰਗ ਹੀ ਨਹੀਂ ਦਿੱਤੀ ਹੈਗੀ ਹੈ ਉਹਨਾਂ ਨੂੰ ਆਜ਼ਾਦ ਬਣਾਓ ਬਿਲਕੁਲ ਉਹਨਾਂ ਨੂੰ ਇਨਸਾਨ ਬਣਾਓ ਮੈਂ ਤਾਂ ਇਹ ਕਹਿਣਾ ਹੁਣਾ ਉਹਨਾਂ ਨੂੰ ਵਿਸ਼ਵ ਨਾਗਰਿਕ ਬਣਾਓ ਉਹਨਾਂ ਨੂੰ ਆਪਣੇ ਪੈਰਾਂ ਤੇ ਆਪ ਖੜੇ ਹੋਣ ਦਿਓ ਉਹਨਾਂ ਨੂੰ ਆਪਣੇ ਫੈਸਲੇ ਆਪ ਕਰਨ ਦਿਓ ਉਹ ਚੰਗਾ ਪਤੀ ਸਾਬਤ ਹੋਏਗਾ ਚੰਗਾ ਪੁੱਤਰ ਸਾਬਤ ਹੋਏਗਾ ਚੰਗਾ ਪਿਤਾ ਸਾਬਤ ਹੋਏਗਾ ਉਹ ਹਰ ਪੱਖੋਂ ਚੰਗਾ ਸਾਬਤ ਹੋਏਗਾ ਉਹ ਹੈਗੇ ਐ ਹੋਜੇ ਬੰਦੇ ਜਿਹੜੇ ਚੰਗੇ ਪਿਤਾ ਹਨ ਚੰਗੇ ਪਤੀ ਹਨ ਇਹ ਇੱਕ ਬੜਾ ਵੱਡਾ ਵਰਦਾਨ ਹੈ ਤੇ ਇਹਨਾਂ ਲੋਕਾਂ ਦਾ ਹੀ ਯੋਗਦਾਨ ਹੁੰਦਾ ਸੋਸਾਇਟੀ ਦੇ ਵਿੱਚ ਔਰਤਾਂ ਹੋਣ ਭਾਵੇਂ ਪੁਰਸ਼ ਹੋਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਏਮ ਹੋਣਾ ਚਾਹੀਦਾ ਕੋਈ ਆਦਰਸ਼ ਹੋਣਾ ਚਾਹੀਦਾ ਉਦੇਸ਼ ਨਹੀਂ ਆਦਰਸ਼ ਉਹ ਦੇਸ਼ ਦਾ ਜਿਹੜਾ ਹੈ ਨਾ ਉਹ ਤਾਂ ਕਮਾਈ ਵਾਸਤੇ ਹੁੰਦਾ ਹੈ ਉਹ ਤਾਂ ਕੁਝ ਕੰਮ ਦੇ ਸਬੰਧ ਵਿੱਚ ਹੁੰਦਾ ਹੈ ਆਦਰਸ਼ ਜਿਹੜਾ ਹੁੰਦਾ ਉਹ ਜ਼ਿੰਦਗੀ ਜੀਉਣ ਦਾ ਇੱਕ ਢੰਗ ਹੁੰਦਾ ਜਿਹੜਾ ਅਸੀਂ ਅਪਣਾਉਣਾ ਚਾਹੁੰਦੇ ਆ ਜਿਹੜਾ ਅਸੀਂ ਘੁੰਮਣਾ ਫਿਰਨਾ ਬੜਾ ਜ਼ਰੂਰੀ ਹੈਗਾ ਸੋ ਇਸ ਢੰਗ ਦੇ ਨਾਲ ਪਤੀ ਪਤਨੀ ਦੋਹਾਂ ਨੂੰ ਜਿੱਥੇ ਵੀ ਉਹ ਜਾ ਸਕਣ ਉਹਨਾਂ ਨੂੰ ਘੱਟੇ ਜਾਣਾ ਚਾਹੀਦਾ ਹੈ ਮਿਸਾਲ ਦੇ ਤੌਰ ਤੇ ਆਜ਼ਾਦੀ ਦੀ ਗੱਲ ਦੱਸਸਾ ਮਾਤਾ ਮੇਰੀ ਪਤਨੀ ਜਦੋਂ ਅਸੀਂ ਕਿਸੇ ਫੰਕਸ਼ਨ ਤੇ ਜਾਂਦੇ ਆਂ ਕਿਸੇ ਰਿਸੈਪਸ਼ਨ ਤੇ ਜਾਂਦੇ ਆਂ ਉੱਥੇ ਜਾ ਕੇ ਅਸੀਂ ਕਹਿ ਦਿੰਨੇ ਆਂ ਵੀ ਹੁਣ 9 ਵਜੇ ਆ 10:30 ਵਜੇ ਆਪਾਂ ਵਾਪਸ ਜਾਵਾਂਗੇ ਹਾਂਜੀ 10:30 ਤੱਕ ਯੂ ਆਰ ਫਰੀ ਜਿੰਨੂੰ ਮਰਜ਼ੀ ਮਿਲੋ ਜਿੱਥੇ ਮਰਜ਼ੀ ਬੈਠੋ ਜਿਸ ਨਾਲ ਮਰਜ਼ੀ ਗੱਲ ਕਰੋ ਤੇ 10:30 ਤੱਕ ਅਸੀਂ ਆਜ਼ਾਦ ਹੈਗੇ ਹਾਂ ਉਸ ਦੇ ਨਾਲ ਕੀ ਹੁੰਦਾ ਕਿ ਕਦੇ ਵੀ ਦੇਖਣਾ ਕਿਸੇ ਵੀ ਸਮਾਗਮ ਤੇ ਇੰਪੋਰਟੈਂਟ ਬੰਦੇ ਬੈਠਦੇ ਨਹੀਂ ਹੁੰਦੇ ਜਿਹੜੇ ਬੈਠਦੇ ਆ ਉਹ ਇੰਪੋਰਟੈਂਟ ਨਹੀਂ ਹੁੰਦੇ ਕੋ ਮਾਫਰੋ ਲੋਕਾਂ ਨੂੰ ਮਿਲੋ ਜਿਹਨੂੰ ਅੱਜ ਮਿਲੋਂਗੇ ਦੋ ਤਿੰਨ ਵਾਰੀ ਜਦੋਂ ਮਿਲੋਂਗੇ ਉਹ ਤੁਹਾਡਾ ਜਾਣੂ ਤੋਂ ਤੁਹਾਡਾ ਦੋਸਤ ਬਣ ਜਾਏਗਾ ਹਰ ਬੰਦੇ ਕੋਲ ਨਾ ਜ਼ਿੰਦਗੀ ਦਾ ਤਜਰਬਾ ਹੁੰਦਾ ਹੈਗਾ ਉਹ ਸਿੱਖ ਲਵੋ ਉਹ ਉਸ ਦੇ ਵਿੱਚੋਂ ਬਹੁਤ ਕੁਝ ਅਪਣਾਉਣ ਨੂੰ ਮਿਲ ਜਾਂਦਾ ਕਿਸੇ ਤੋਂ ਕੋਈ ਢੰਗ ਲੱਭ ਜਾਂਦਾ ਕਿਸੇ ਤੋਂ ਕੋਈ ਨਵੀਂ ਗੱਲ ਪਤਾ ਲੱਗ ਜਾਂਦੀ ਹੈ ਕਿਸੇ ਤੋਂ ਕੋਈ ਥਾਂ ਪਤਾ ਲੱਗ ਜਾਂਦੀ ਹੈਗੀ ਸੋ ਇਸ ਢੰਗ ਦੇ ਨਾਲ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਵੋ ਮਤਲਬ ਜੀ ਚੰਗੀ ਤਰ੍ਹਾਂ ਜੀਵੋ ਅਤੇ ਮਰਨ ਤੋਂ ਪਹਿਲਾਂ ਜੀ ਲਵ ਵੈਸੇ ਤਾਂ ਜਿਵੇਂ ਮੈਂ ਸ਼ੁਰੂ ਚ ਹੀ ਕਿਹਾ ਸੀ ਕਿ ਵਿਸ਼ਾ ਬਹੁਤ ਜ਼ਿਆਦਾ ਵੱਡਾ ਹੈ ਫਿਰ ਫਿਰ ਵੀ ਜਦੋਂ ਦੋ ਪਰਿਵਾਰ ਮਿਲਦੇ ਆ ਤਾਂ ਜ਼ਰੂਰ ਆਪਣੇ ਬੱਚਿਆਂ ਨੂੰ ਇਹੀ ਸਮਝਾਉਂਦੇ ਹੁੰਦੇ ਆ ਕਿ ਤੁਹਾਡਾ ਵਿਆਹ ਹੋਣ ਲੱਗਿਆ ਤਾਂ ਤੁਸੀਂ ਦੋਵਾਂ ਨੇ ਇੱਕ ਦੂਜੇ ਦੇ ਪਰਿਵਾਰ ਨੂੰ ਆਪਣੇ ਪਰਿਵਾਰ ਸਮਝਣਾ ਤੇ ਇੱਕ ਦੂਜੇ ਨਾਲ ਤਾਲਮੇਲ ਬਿਠਾ ਕੇ ਜ਼ਿੰਦਗੀ ਗੁਜ਼ਰਦੀ ਆ ਪਰ ਮੈਨੂੰ ਲੱਗਦਾ ਕਿ ਨਾਲ ਨਾਲ ਇਹ ਵੀ ਸਮਝਾਉਣਾ ਚਾਹੀਦਾ ਹੈ ਕਿ ਤਾਲਮੇਲ ਇਕੱਲਾ ਪਤੀ ਨੇ ਆਪਣੇ ਪਤੀ ਨਾਲ ਨਹੀਂ ਬਿਠਾਉਣਾ ਹੁੰਦਾ ਜਾਂ ਪਤੀ ਨੇ ਇਕੱਲੀ ਪਤਨੀ ਨਾਲ ਨਹੀਂ ਤਾਲਮੇਲ ਤੁਸੀਂ ਪੂਰੇ ਪਰਿਵਾਰ ਨਾਲ ਬਿਠਾਉਣਾ ਹੁੰਦਾ ਤੁਸੀਂ ਜਿੰਨੇ ਮਰਜ਼ੀ ਆਰਥਿਕ ਤੌਰ ਤੇ ਕਾਮਯਾਬ ਹੋਮੋ ਪਰ ਮਾਨਸਿਕ ਤੌਰ ਤੇ